ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਰਬ ਕਲਾ ਸਮਰੱਥ ਡੋਲਣ ਦੇ ਰੱਖੋ ਪ੍ਰਭੂ ਨਾਨਕ ਦੇ ਕਰ ਵਤ ਨਾਨਕ ਦੇ ਕਰ ਵਤ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਪਰਿਆ ਤੋ ਸ਼ਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਅਗਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ
ਨਾਨਕ ਬੋਲੇ ਬੁਲਾਇਆ ਤੇਰਾ ਮਨ ਚਾਉ ਪਿਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਕਉ ਸਖੀ ਗ੍ਰਹਿ ਮੰਦਰ ਬਣਿਆ ਹਰ ਮੰਗਲ ਕਉ ਸਖੀ ਗ੍ਰਹਿ ਮੰਦਰ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਤਰਲਾ ਪਾਇਓ ਤਰਲਾ ਇੱਕ ਮਾਨਕ ਦੇ ਤੋਂ ਆਇਆ ਦੂਰੋਂ ਚੱਲ ਕੇ ਹਾਂ ਆਇਆ ਦੂਰੋਂ ਚੱਲ ਕੇ ਹਾਂ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਵਿਸਰ ਨਹੀਂ ਦਾਤਾਰ ਵਿਸਰ ਨਹੀਂ ਦਾਤਾਰ ਵਿਸਰ ਖੈਰ ਦਾ ਅਰਥ ਹੁੰਦਾ ਖੈਰ ਆਪਣੀ ਭਾਸ਼ਾ ਇੱਕੋ ਹੀ ਆ ਮੰਗਤੇ ਕੀ ਮੰਗਦੇ ਤੁਸੀਂ ਇਹ ਨਾ ਅੱਜ ਕਹਿਣਾ ਮੇਰੀ 5 ਕਿੱਲੇ ਪੈਲੀ ਹੈ ਅੱਜ ਰਿਹੋ ਇੱਥੇ ਸੁਰਤ 'ਚ ਇਹ ਨਾ ਰੱਖਣਾ ਵੀ ਮੇਰੀ 10 ਕਿੱਲੇ ਪੈਲੀ ਆ ਮੇਰਾ ਮੁੰਡਾ ਕਨੇਡਾ ਗਿਆ ਹੈ ਮੇਰੇ ਕੋਲ ਪੈਸੇ ਹੈਗੇ ਖੈਰ ਉਹਨੂੰ ਪੈਣਾ ਹੈ ਜਿਹਨੇ ਮੰਗਤਾ ਬਣ ਕੇ ਮੰਗਿਆ ਮੰਗਤਾ ਆਖੋ ਹੇ ਗੁਰੂ ਤੁਹਾਡੇ ਕੋਲ ਅਨੰਤ ਤੁਹਾਡੇ ਕੋਲ ਅਨੰਤ ਦੌਲਤਾਂ ਹੋਣ
ਰੱਬ ਨੇ ਤੁਹਾਨੂੰ ਸੋਹਣੇ ਕਰ ਦਿੱਤੇ ਹੋਣ। ਆਖੋ ਵਾਹਿਗੁਰੂ, ਉੱਚੀ ਬੋਲੋ ਵਾਹਿਗੁਰੂ। ਰੱਬ ਨੇ ਤੁਹਾਨੂੰ ਮੱਝਾਂ ਦਿੱਤੀਆਂ ਹੋਣ। ਘੱਟ ਪੁੱਤ ਕਿਉਂ ਛੇੜਿਆ, ਕਿਉਂ ਛੇੜਿਆ? ਉੱਥੇ ਉੱਥੇ ਪਹਿਲੇ ਵਾਲੀ ਜਗ੍ਹਾ ਹੱਥ ਜੋੜੇ ਐਂ ਕੀਤਾ ਸੀ ਨਾ ਦਾਸ ਨੇ ਤੈਨੂੰ। ਰੱਬ ਨੇ ਤੁਹਾਨੂੰ ਅਨੰਤ ਧਨ ਬਖਸ਼ਿਆ ਹੋਵੇ, ਮੱਝਾਂ ਬਖਸ਼ੀਆਂ ਹੋਣ, ਟਰੈਕਟਰ ਬਖਸ਼ੇ ਹੋਣ, ਘਰ ਬਖਸ਼ੇ ਹੋਣ, ਮਗਰ ਭਾਵਨਾ ਇਹ ਰੱਖਿਓ ਹਮ ਭੀਖਕ ਭਿਖਾਰੀ ਦੇਵੇ, ਭਾਵਨਾ ਭਿਖਾਰੀ ਵਾਲੀ ਰੱਖਿਓ। ਆਖੋ ਵਾਹਿਗੁਰੂ। ਜਿੱਦਣ ਬਾਬਾ ਅਮਰਦਾਸ ਪਾਤਸ਼ਾਹ ਨਿਮਾਣਿਆਂ ਦਾ ਮਾਣ ਬਣਦਾ ਹੈ, ਹਾਜ਼ਰੋ ਜੀ, ਨਿਮਾਣਿਆਂ ਦਾ ਆਣ ਕੇ ਕੀ ਆਖਿਆ ਸੀ? ਕੀ ਆਖਿਆ ਸੀ ਜੀ? ਸ਼ਾਬਾ ਸ਼ਾਬਾ, ਜਿਉਂਦੇ ਰਹੋ। ਸ਼ਬਦ ਸੀ ਜਿਹਨਾਂ ਜਿਹਨਾਂ ਨੂੰ ਬਾਣੀ ਆਉਂਦੀ, ਹਮ ਤੁਸੀਂ ਬੋਲੋ ਨੀਲੀ ਭਗਵਤ, ਹਮ ਅਤੇ ਤੂੰ ਨਿਜਪਤ ਹੈ ਦਾਤਾ। ਧੀਓ ਤੁਸੀਂ ਫੜ ਲਓ, ਆ ਮੇਰੇ ਵੀਰ ਚੰਗੇ ਗੁਰਮੁਖ ਬੇਟੇ ਤੁਸੀਂ ਫੜ ਲਓ, ਇਸ ਘਰ ਵਿੱਚ ਖੈਰ ਉਹਨੂੰ ਪੈਣਾ ਹੈ ਜਿਹਨੇ ਆਣ ਕੇ ਆਖਿਆ ਮੈਂ ਭਿਖਾਰੀ ਹਾਂ। ਤੁਸੀਂ ਤੁਰੇ ਜਾਂਦੇ ਸੜਕ ਦੇ ਉੱਤੇ ਕਿਸੇ ਚੰਗੇ ਭਲੇ ਬੰਦੇ ਨੂੰ ਨਹੀਂ ਕਹਿੰਦੇ ਆ ਪੰਜ ਰੁਪਈਏ ਲੈ ਲਾ, ਤੁਸੀਂ ਪੰਜ ਰੁਪਈਏ ਖੈਰ ਉਹਨੂੰ ਦਿੰਦੇ ਹੋ ਜਿਹੜਾ ਭਿਖਾਰੀ ਬਣ ਕੇ ਸੜਕ 'ਤੇ ਖਲੋਤਾ ਹੈ। ਆਖੋ ਵਾਹਿਗੁਰੂ। ਇੱਥੇ ਵੀ ਉਹਦੀ ਝੋਲੀ 'ਚ ਖੈਰ ਪੈਣਾ ਹੈ ਜਿਹਨੇ ਉੱਤੋਂ ਮੂੰਹ ਤੋਂ ਨਹੀਂ ਭਾਵਨਾ ਬਣਾਈ ਵੀ ਮੈਂ ਤੇਰੇ ਦਰ ਦਾ ਭਿਖਾਰੀ ਬਣ ਗਿਆ, ਹਮ ਤੇਰੇ ਭਿਖਾਰੀ। ਬੋਲੋ ਭਲਾ, ਫਿਰ ਬੋਲੋ। ਆ ਜਿੰਨੀਆਂ ਬੱਚੀਆਂ ਵੀਰ ਸਿੱਖ ਸਿੱਖ ਆਏ ਹਾਂ, ਭਾਵੇਂ ਗਰੀਬ ਹਾਂ ਅਮੀਰ ਹਾਂ, ਸਾਰੇ ਸੰਗਤ ਲੈ ਸਤਿਗੁਰੂ, ਅਸੀਂ ਤੇਰੇ ਦਰ ਦੇ ਭਿਖਾਰੀ ਬਣ ਕੇ ਆਏ ਹਾਂ, ਅਤੇ ਦਾਨ ਦੇ ਦਾ ਤਾਰਾ, ਦਾਨ ਦੇ ਦਾ ਤਾਰਾ, ਹੇ ਦਤਾਰ ਵਾਹਿਗੁਰੂ ਜੀ, ਮੇਰੀ ਝੋਲੀ 'ਚ ਵਾਹਿਗੁਰੂ 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 ਵਾਹਿਗੁਰੂ। ਕਿੱਡੀ ਛੇਤੀ ਮੰਨ ਗਿਆ ਪਾਤਸ਼ਾਹ। ਵਾਹਿਗੁਰੂ 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 ਜੀਓ। ਗੋਡਿਆਂ 'ਤੇ ਹੱਥ ਰੱਖੋ, ਰੀੜ੍ਹ ਦੀ ਹੱਡੀ ਸਿੱਧੀ ਰੱਖੋ। ਵਾਹਿਗੁਰੂ 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 ਵਾਹਿਗੁਰੂ। ਸਾਰਾ ਵਰਪਾਲ ਪਵਿੱਤਰ ਹੋ ਗਿਆ। ਜੁੜ ਕੇ ਜੀਓ।
ਸਤਨਾਮ ਸ੍ਰੀ ਵਾਹਿਗੁਰੂ। ਥੋੜ੍ਹਾ ਜਿਹਾ ਹੋਰ ਟੇਕ ਕੇ ਸੁਣਿਓ। ਥੋੜ੍ਹਾ ਚਿਰ ਪਹਿਲੋਂ ਆਪਣੇ ਪਿੰਡਾਂ 'ਚ ਨਾਲੀਆਂ ਕੱਚੀਆਂ ਹੁੰਦੀਆਂ ਸੀ, ਪਤਾ ਜੀ ਤੁਹਾਨੂੰ ਅਤੇ ਮੈਨੂੰ, ਸਾਡੀ ਨਸਲ ਨੂੰ, ਹੁਣ ਤਾਂ ਪੱਕੀਆਂ ਹੋ। ਜਦੋਂ ਕੱਚੀਆਂ ਨਾਲੀਆਂ ਹੁੰਦੀਆਂ ਹੈ ਨਾ, ਤਾਂ ਕੂੜਾ ਗੰਦ ਜੰਮ ਜਾਂਦਾ ਸੀ ਵਿੱਚ, ਸਮਝਿਓ, ਗੰਦ ਦੇ ਵਿੱਚ ਡੀਲਾ ਉੱਗ ਖਲੋਂਦਾ ਸੀ, ਘਾਹ ਉੱਗ ਖਲੋਂਦਾ ਸੀ। ਜਦੋਂ ਥੋੜ੍ਹਾ ਮੀਂਹ ਪੈਂਦਾ ਸੀ ਨਾ, ਹਾਜ਼ਰੋ ਜੀ ਗੁਰ ਕੇ ਸਿੱਖੋ, ਜਦੋਂ ਥੋੜ੍ਹਾ ਮੀਂਹ ਪੈਂਦਾ ਸੀ ਅਤੇ ਉਹ ਗੰਦ ਰੁੜਦਾ ਨਹੀਂ ਸੀ, ਸਗੋਂ ਬੁਲਬੁਲੇ ਨਿਕਲਦੇ ਸੀ ਉਹਨਾਂ ਛਿੱਟਾਂ ਨਾਲ, ਅਤੇ ਉਹਦੇ ਵਿੱਚੋਂ ਗੰਦੀ ਸਮੈਲ ਪਤਾ ਲੱਗਿਆ ਨਾ। ਜੇ ਤਾਂ ਪਤਾ ਲੱਗਾ ਤਾਂ ਮੈਂ ਅੱਗੇ ਤੁਰਾਂ। ਘੱਟ ਮੀਂਹ ਪੈਣ ਨਾਲ ਗੰਦ ਰੁੜਦਾ ਨਹੀਂ ਸੀ, ਸਗੋਂ ਫੁੱਲਦਾ ਸੀ, ਅਤੇ ਉਹਦੇ ਵਿੱਚੋਂ ਗੰਦੀ ਸਮੈਲ ਆਉਂਦੀ ਸੀ। ਆਹ ਤੁਹਾਡੀ ਅਤੇ ਮੇਰੀ ਸੁਰਤ ਦੀ ਵੀ ਇੱਕ ਨਾੜੀ ਆ ਜਿਹਦੇ 'ਚ ਗੰਦ ਫਸਿਆ ਹੈ, ਈਰਖਾ ਦਾ, ਦਵੈਤ ਦਾ, ਚੁਗਲੀ ਦਾ, ਨਿੰਦਾ ਦਾ, ਪਤਾ ਲੱਗ ਰਿਹਾ ਜੀ? ਸ਼ਾਬਾ ਸ਼ਾਬਾ, ਇਹਦੇ ਵਿੱਚ ਵੀ ਗੰਦ ਫਸਿਆ ਹੈ ਆਪ ਜੀ ਨੂੰ, ਪਤਾ ਲੱਗ ਰਿਹਾ? ਥੋੜ੍ਹਾ ਨਾਮ ਜਪੋਗੇ, ਟਿਕੋ, ਥੋੜ੍ਹਾ ਨਾਮ ਜਪੋਗੇ ਉਹਦਾ ਹੰਕਾਰ ਹੋ ਜਾਓ, ਧਿਆਨ ਦਿਓ ਉਹਦਾ। ਪਾਣੀ ਵਗਣ ਦੀ ਜਗ੍ਹਾ 'ਤੇ, ਗੰਦ ਨਿਕਲਣ ਦੀ ਜਗ੍ਹਾ 'ਤੇ ਇਸ ਗੱਲ ਦਾ ਹੰਕਾਰ ਹੋ ਜਾਊ ਵੀ ਮੈਂ ਨਾਮ ਜਪਿਆ ਹੈ। ਫਿਰ ਉਹਦਾ ਰਾਹ ਕੀ ਸੀ? ਇੱਧਰ ਵੇਖੋ, ਉਹਦਾ ਰਾਹ ਕੀ ਸੀ? ਮੋਹਲੇ ਧਾਰ ਬਰਸਾਤ ਹੋਵੇ ਅਤੇ ਸਾਰਾ ਗੰਦ ਰੋੜ ਕੇ ਲੈ ਜਾ, ਪਤਾ ਲੱਗ ਰਿਹਾ ਨਾ? ਸਾਰਾ ਗੰਦ ਇੰਨਾ ਪਾ ਦਿਓ ਨਾ ਮੀਂਹ ਅੰਦਰ, ਇਹ ਸੁਰਤ ਦੀ ਨਾੜੀ ਦੇ ਵਿੱਚੋਂ ਸਾਰਾ ਗੰਦ ਸਾਫ਼ ਹੋ ਜਾਏ। ਵਾਹਿਗੁਰੂ 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 ਵਾਹਿਗੁਰੂ। ਪਾ ਦਿਓ ਪਾ ਦਿਓ ਮੇਰੇ ਬੱਚੇ, ਭੈਣ ਭਰਾ ਸਾਰੇ, ਇੰਨਾ ਮੀਂਹ ਪਾ ਦਿਓ। ਵਾਹਿਗੁਰੂ 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 ਨਾੜੀ ਸਾਫ਼ ਕਰ ਦਿਓ ਨਾੜੀ। ਸਫਾਈ ਹੋਵੇ, ਵਾਹਿਗੁਰੂ 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 ਵਾਹਿਗੁਰੂ।
ਆ ਗਈ ਅੰਦਰ ਦੀ ਆਵਾਜ਼ ਆ ਗਈ। ਅੰਮ੍ਰਿਤ ਬਾਣੀ ਘੱਟ ਤੇ ਉੱਚਰੋ, ਅੰਦਰੋਂ ਚਾਰੋ ਸੁਰਤ ਨੂੰ ਟਿਕਾਓ। ਭਿਖਾਰੀ ਬਣ ਕੇ ਆਇਆ ਬਾਬਾ ਅਮਰਦਾਸ ਮਹਾਰਾਜ ਪਾਤਸ਼ਾਹ। ਕੌਣ? ਬਾਬਾ ਅਮਰਦਾਸ ਸਾਹਿਬ। ਕਿਹਦੇ ਦਰ ਦਾ? ਗੁਰੂ ਅੰਗਦ ਦੇਵ ਸਾਹਿਬ ਦੇ ਦਰ ਦਾ। ਕਿਹੜੀ ਧਰਤੀ 'ਤੇ? ਖਡੂਰ ਸਾਹਿਬ, ਆਖੋ ਵੇਖ। ਬਸਰ ਕੇ ਗਿੱਲਾ ਪਿੰਡ ਆਪਣੇ ਇਲਾਕੇ ਦਾ ਹੈ। ਪੈਦਲ ਆਇਆ ਸੀ, ਹੁਣ ਤਾਂ ਕਾਰਾਂ ਹੈਗੀਆਂ ਨਾ। ਪੈਦਲ ਆਇਆ ਬਜ਼ੁਰਗ, ਵੱਡੀ ਉਮਰ ਦਾ, ਚਿੱਟਾ ਦਾੜਾ ਹੱਥ 'ਚ ਫੜ ਲਿਆ। ਥੋੜ੍ਹਾ ਥੋੜ੍ਹਾ ਅੱਗੇ ਹੋ ਜਾਓ, ਸੰਗਤ ਹੋਰ ਬਹਿ ਜਾਓ, ਅੱਗੇ ਹੋ ਜਾਓ, ਹੋ ਜਾਓ, ਹੋ ਜਾਓ, ਪੁੱਤ ਅੱਗੇ ਹੋ ਜਾਓ, ਆ ਜਾਓ ਭਾਈ ਸਾਹਿਬ ਤੁਸੀਂ ਵੀ। ਵੇਖੋ ਸੰਗਤ ਪਿੱਛੇ ਮਹਾਰਾਜ ਨੇ ਹੋਰ ਭੇਜਤੀ ਸ਼ਹਿਨਸ਼ਾਹ ਨੇ, ਬੀਬੀ ਉਹ ਤੁਸੀਂ ਵੀ ਥੋੜ੍ਹੇ ਥੋੜ੍ਹੇ ਅੱਗੇ ਹੋ ਜਾਓ ਪੁੱਤ, ਆ ਖਾਲੀ ਜਗ੍ਹਾ ਬਈ ਤੁਸੀਂ ਬੈਠੇ ਰਹੋ, ਤੁਸੀਂ ਹੋ ਜਾਓ ਬੱਚੀ, ਥੋੜ੍ਹਾ ਥੋੜ੍ਹਾ ਅੱਗੇ ਹੋ ਜਾਓ, ਆ ਖਾਲੀ ਜਗ੍ਹਾ 'ਤੇ ਹੋ ਜਾਓ, ਹੋ ਜਾਓ ਮੇਰੀਆਂ ਧੀਆਂ, ਆਖੋ ਵਾਹਿਗੁਰੂ। ਗੱਡ ਕੇ ਬੋਲੋ, ਤੁਰ ਕੇ ਆਇਆ। ਜਦੋਂ ਇਹ ਕਿਹਾ ਵੀ ਹਮ ਭਿੱਖਕ ਭਿਖਾਰੀ ਤੇਰੇ ਅਤੇ ਤੂੰ ਨਿਜਪਤ ਹੈ ਦਾਦਾ, ਅਤੇ ਜਿਹੜਾ ਤਖ਼ਤ 'ਤੇ ਬੈਠਾ ਸੀ ਨਾ ਬਾਬਾ ਗੁਰੂ ਅੰਗਦ ਦੇਵ ਪਾਤਸ਼ਾਹ ਖਡੂਰ ਸਾਹਿਬ ਦਾ ਮਾਲਕ, ਫਿਰ ਵਸਾਇਆ ਫਿਰ ਆਣ ਸਤਿਗੁਰੂ ਖਾਡੂਰ, ਉਹ ਸ਼ਹਿਨਸ਼ਾਹ ਬੋਲਿਆ ਬਜ਼ੁਰਗਾ, ਕੀ ਬੋਲਿਆ ਜੀ? ਮਹਾਰਾਜ ਮੈਂ ਭਿਖਾਰੀ ਬਣ ਕੇ ਆਇਆ। ਆਖੋ ਇਹ ਕੀ ਆਖਿਆ ਮੈਂ? ਤੁਸੀਂ ਵੀ ਕਹੋ, ਬੱਚੀਆਂ ਕਹੋ, ਜਿੱਥੇ ਜਿੰਦ ਆ ਨਾ, ਜਿੰਦ ਜੀਵ ਆਤਮਾ, ਉੱਥੇ ਮਰਦਾ ਔਰਤ ਦਾ ਕੋਈ ਸਵਾਲ ਨਹੀਂ। ਇਹਦੇ ਤੁਹਾਡੇ ਮਾਰੇ ਸਮਾਜ ਦੇ ਬੰਧਨ ਨੇ, ਦੋ ਸ਼ਬਦ ਨੇ, ਇੱਕ ਔਰਤ ਇੱਕ ਮਰਦ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ, ਜਿਹੜੇ ਤੁਹਾਡੇ 'ਚੋਂ ਸਰੋਤੇ ਹੋਣਗੇ ਆਨੰਦ ਲੈਣਗੇ, ਇੱਥੇ ਔਰਤ ਮਰਦਾਂ ਸਾਜੇ। ਬੋਲੋ ਹਾਂ, ਇਹਦਾ ਅਰਥ ਹੈ ਇੰਨੀਆਂ ਔਰਤਾਂ ਅਤੇ ਇੰਨੇ ਮਰਦ ਤੂੰ ਸਾਜੇ ਨੇ, ਮਗਰ ਇਹ ਸਭ ਰੂਪ ਤੁਹਾਰੇ। ਬੋਲੋ, ਇਹ ਇੱਧਰ ਵੀ ਉਹੀ ਬੈਠਾ ਹੈ, ਇੱਧਰ ਵੀ ਉਹੀ ਬੈਠਾ ਹੈ, ਆਪੇ ਪੁਰਖ ਆਪ ਹੀ ਨਾਰੀ। ਜਿਹਨਾਂ ਜਿਹਨਾਂ ਨੂੰ ਬਾਣੀ ਆਉਂਦੀ, ਰਸ ਪੀਆ ਕਰੋ ਬਾਬੇ ਨਾਨਕ ਦੇ ਪੁੱਤਰੋ। ਇਹ ਲੜੀਆਂ ਚਲਾਉਣ ਵਾਲੀ ਕਹਾਣੀ ਨਹੀਂ ਸੀ, ਬਾਣੀ ਵਿਚਾਰੀਏ ਜੀਓ, ਬਾਣੀ ਉੱਚੀ ਬੋਲੋ, ਬਾਣੀ ਬਾਣੀ ਦੇ ਸ਼ਬਦ ਨੂੰ ਪੜ੍ਹਨਾ ਸੀ ਅਤੇ ਫਿਰ ਉਹਦੀ ਵਿਚਾਰ ਕਰਨੀ ਸੀ, ਜ਼ਿੰਦਗੀ ਵਿੱਚ ਲਿਆਉਣੀ ਸੀ ਵੀ ਗੁਰੂ ਸਾਹਿਬ ਕੀ ਕਹਿੰਦੇ, ਕਰਨ ਨਾ ਸੁਣੇ ਕਾਹੂ ਕੀ। ਇਹ ਗੱਲਾਂ ਤੋਂ ਹਟਣਾ ਸੀ ਆਪੇ, ਮਿਥਿਆ ਨਾਹੀਂ ਝੂਠ ਬੋਲਣੋਂ ਹਟਣਾ ਸੀ। ਪਰਤਰੇ ਰੂਪ ਨਾ ਪੇਖੇ, ਇਹ ਤੁਹਾਨੂੰ ਅਤੇ ਮੈਨੂੰ ਬਾਣੀ ਨੇ ਸਮਝਾਇਆ ਸੀ, ਮਗਰ ਤੁਸੀਂ ਸਾਲ ਦੇ ਸਾਲ ਪੈਸੇ ਕੱਢਦੇ ਹੋ, ਫਿਰ ਸ੍ਰੀ ਅਖੰਡ ਪਾਠ ਸਾਹਿਬ ਰਖਾਉਂਦੇ ਹੋ, ਪਾਠੀ ਸਾਹਿਬ ਬਹਿੰਦੇ ਨੇ, ਆਰੰਭ ਹੁੰਦਾ ਹੈ, ਭੋਗ ਵਾਲੀ ਘੜੀ ਘੜੀ ਘਾ ਜਾਂਦੇ ਹੋ ਅੰਦਰ,
48 ਘੰਟੇ ਪਾਠੀ ਸਾਹਿਬ ਕਿਹਨੂੰ ਸੁਣਾਉਂਦਾ ਹੈ, ਕੌਣ ਸੁਣਦਾ ਹੈ? ਇੱਕ ਬਾਪੂ ਦੀ ਤੁਸੀਂ ਘਰ 'ਚ ਸੱਦ ਕੇ ਗੱਲ ਨਾ ਸੁਣੋ, ਬਾਪੂ ਦੇ ਮਨ 'ਤੇ ਕੀ ਗੁਜ਼ਰਦੀ ਕਦੀ ਸੋਚਿਆ ਜੇ? ਆਖੋ ਵਾਹਿਗੁਰੂ, ਬੈਠ ਕੇ ਬੋਲੋ ਨਾ। ਪਤਾ ਲੱਗ ਰਿਹਾ ਜੀ, ਇੱਕ ਬਜ਼ੁਰਗ ਨੂੰ ਤੁਸੀਂ ਚੌਂਕੜਾ ਮਾਰੋ, ਚੌਂਕੜਾ ਹੁਣੇ ਥੱਕ ਗਏ, ਮੇਰੀ ਤੁਹਾਡੀ ਉਮਰ ਇੱਕੋ ਆ। ਇੱਕ ਬਜ਼ੁਰਗ ਨੂੰ ਤੁਸੀਂ ਪਿਓ ਜਾਣ ਕੇ, ਦਾਦਾ ਜਾਣ ਕੇ ਘਰ ਬੁਲਾਉਂਦੇ ਹੋ, ਅਤੇ ਉਹ 48 ਘੰਟੇ ਤੁਹਾਡੇ ਘਰ ਬੋਲੀ ਜਾਵੇ, ਬੋਲੀ ਜਾਵੇ, ਬੋਲੀ ਜਾਵੇ, ਅਤੇ ਤੁਸੀਂ ਉਹਦੀ ਗੱਲ ਸੁਣੋ ਹੀ ਨਾ। ਇਹਦੇ ਤੋਂ ਵੱਡੀ ਬੇਨਤੀ ਉਸ ਬਜ਼ੁਰਗ ਦੀ ਕੀ ਹੈ? ਸੋਚੋ, ਬਾਣੀ ਨੂੰ ਸੁਣੋ ਅਤੇ ਬਾਣੀ ਨੂੰ ਵਿਚਾਰੋ, ਬਾਣੀ ਸਾਨੂੰ ਕੀ ਕਹਿੰਦੀ? ਕਰਨ ਨਾ ਸੁਣੇ ਕਾਹੂ ਕੀ, ਹਟ ਗਏ ਹੋ? ਉਹ ਚਸ਼ਮੇ ਵਾਲੀ ਭੈਣ ਕਹਿੰਦੀ ਹਾਂ, ਹਟ ਗਏ ਹੋ? ਝੂਠ ਬੋਲਣੋਂ ਹਟ ਗਏ ਹੋ? ਪਰਾਇਆ ਸਰੂਪ ਦੇਖਣੋਂ ਹਟ ਗਏ ਹੋ? ਕਿੰਨੇ ਗੱਲਾਂ ਕਹੀਆਂ ਸੀ, ਪਰਤ ਰਿਹਾ ਰੂਪ, ਇਹਨਾਂ ਅੱਖਾਂ ਨਾਲ ਪਰਾਇਆ ਰੂਪ ਨਹੀਂ ਵੇਖਣਾ ਆਖਿਆ ਸੀ, ਲਿਖਿਆ ਹੈ ਸੁਖਮਨੀ ਸਾਹਿਬ 'ਚ ਲਿਖਿਆ ਸੀ, ਉਹ ਹਟ ਗਏ ਹੋ? ਲੋਕਨ ਰਾਮ ਖਲੌਣਾ ਜਾਨਾ, ਖਲੌਣਾ ਨਾ ਬਣਾਓ ਬਾਣੀ ਨੂੰ। ਗੁਰਬਾਣੀ ਕਹੇ ਤੇ ਸੇਵਕ ਜਨ ਮਾਨੇ ਮਾਨੇ। ਧੀਓ ਬੱਚਿਓ, ਆਪਣੇ ਘਰ ਨੂੰ ਜੇ ਸਵਰਗ ਬਣਾਉਣਾ ਤੇ ਨਿੰਦਾ ਚੁਗਲੀ ਤੋਂ ਤਾਂ ਉੱਠੋ, ਇਸ ਰਸਨਾ ਦੇ ਨਾਲ ਨਿਰਮਲ ਰਸਨਾ ਅੰਮ੍ਰਿਤ ਪੀਓ, ਇਹਨੂੰ ਚੁਗਲੀ ਤੇ ਐਨਰਜੀ ਨੂੰ ਨਾ ਲਾਓ, ਇਹਨੂੰ ਈਰਖਾ ਦੀਆਂ ਗੱਲਾਂ 'ਤੇ ਨਾ ਲਾਓ, ਇਹਨੂੰ ਲਾਓ ਵਾਹਿਗੁਰੂ 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 ਵਾਹਿਗੁਰੂ। ਪਵਿੱਤਰ ਹੋ ਗਈ ਪਵਿੱਤਰ, ਵਾਹਿਗੁਰੂ ਵਾਹਿਗੁਰੂ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਸਿੱਧਾ ਰੱਖੋ ਗੋਡਿਆਂ ਦੇ ਹੱਥ ਰੱਖੋ ਮੇਰੇ ਵੀਰ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਰੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਨੇ ਕਿਰਪਾ ਕੀਤੀ, ਬਾਸਰ ਕੇ ਗੱਲਾਂ ਤੋਂ ਤੁਰ ਕੇ ਆਇਆ ਬਜ਼ੁਰਗ, ਜਿਹੜਾ ਇੱਥੇ ਬੈਠਾ ਸੀ ਉਹਦੀ ਦਾੜਾ ਕਾਲਾ ਸੀ, ਜਿਹੜਾ ਉੱਥੇ ਖਲੋਤਾ ਸੀ ਇਸ ਤਰ੍ਹਾਂ ਕਰਕੇ ਉਹਦਾ ਦਾੜਾ ਚਿੱਟਾ ਸੀ, ਬੋਲੋ ਨਾ, ਉਹਦਾ ਦਾੜਾ ਚਿੱਟਾ ਸੀ, ਅਤੇ ਸ਼ਬਦ ਬੜੇ ਪਿਆਰੇ ਬੋਲ ਰਿਹਾ ਸੀ, ਹਮ ਭਿਖਤ ਭਿਖਾਰੀ। ਇੱਥੇ ਜਿਹੜੇ ਮੇਰੇ ਸਾਹਿਬ ਬੈਠੇ ਸੀ ਨਾ, ਗੁਰੂ ਅੰਗਦ ਦੇਵ ਸਾਹਿਬ, ਉਹਨਾਂ ਕਿਹਾ ਮੈਂ ਨਹੀਂ ਮੰਨਦਾ ਤੂੰ ਭਿਖਾਰੀ ਹੈ, ਰਿਸ਼ਤੇ 'ਚ ਕੁੜਮ ਲੱਗਦੇ ਸੀ, ਪਤਾ ਜੇ ਕਿ ਨਹੀਂ ਰਿਸ਼ਤੇ 'ਚ, ਮਗਰ ਜਦੋਂ ਗੁਰੂ ਅਤੇ ਸਿੱਖ ਦੀ ਭਿਖਾਰੀ ਅਤੇ ਦਾਤੇ ਦੀ ਗੱਲ ਚੱਲੀ, ਉੱਥੇ ਰਿਸ਼ਤੇ ਦਾ ਨਾਮ ਨਹੀਂ ਆਇਆ। ਇਸ ਮੇਰੇ ਬਾਬੇ ਨੇ ਆਖਿਆ ਮੈਂ ਨਹੀਂ ਮੰਨਦਾ ਵੀ ਤੂੰ ਭਿਖਾਰੀ ਹੈ, ਅਤੇ ਬਾਬੇ ਦੀਆਂ ਅੱਖਾਂ ਤੋਂ ਤਰਪ ਤਰਪ ਕਰਦਾ ਚੱਲ ਵਖਿਆ, ਮੇਰੇ ਸਾਹਿਬ ਤੂੰ ਕਿਉਂ ਨਹੀਂ ਮੰਨਦਾ ਮੈਂ ਭਿਖਾਰੀ ਹੈ? ਕਹਿ ਤੇ ਰਿਹਾ ਮੈਂ ਭਿਖਾਰੀ ਬਣ ਕੇ ਆਇਆ, ਹਮ ਭਿਖਕ ਭਿਖਾਰੀ ਤੇਰੇ, ਅਤੇ ਤੂੰ ਨਿਜ ਪਤਾ ਹੈ ਦਾਤਾ, ਤੂੰ ਦਾਤਾ ਹੈ ਮੈਂ ਭਿਖਾਰੀ।
ਇੱਥੇ ਬੈਠੇ ਸਾਹਿਬ ਨੇ ਜਿਹਦੇ ਸਿਰ 'ਤੇ ਚੌਰ ਹੋ ਰਿਹਾ ਸੀ, ਪੁਰਖਾ ਮੈਂ ਤੈਨੂੰ ਤਾਂ ਭਿਖਾਰੀ ਨਹੀਂ ਮੰਨਦਾ, ਤੇਰੇ ਹੱਥ ਵਿੱਚ ਠੂਠਾ ਨਹੀਂ। ਪਤਾ ਨਹੀਂ ਲੱਗਾ ਕਿ ਮੰਗਤੇ ਦੇ ਹੱਥ ਵਿੱਚ ਹੁੰਦਾ ਹੈ ਕਿ ਨਹੀਂ, ਬੋਲੋ ਨਾ, ਵੇਖੋ ਬੋਲ ਕੇ ਸਿੱਖੋ, ਤੇਰੇ ਹੱਥ ਵਿੱਚ ਕੋਈ ਬੋਲੋ ਪੁੱਤ ਠੂਠਾ ਨਹੀਂ, ਭਾਂਡਾ ਨਹੀਂ। ਅਤੇ ਚਿੱਟੇ ਦਾੜੇ ਵਾਲੇ ਨੇ ਆਖਿਆ ਜੀ ਮੇਰਾ ਪਿੰਡ ਇੱਥੋਂ ਕੋਈ ਬਹੁਤੀ ਦੂਰ ਨਹੀਂ, ਮੈਂ ਭੱਜ ਕੇ ਜਾਂਦਾ ਅਤੇ ਭਾਂਡਾ ਲੈ ਕੇ ਆਉਣਾ, ਹਾਜ਼ਰ ਹੋ ਗੁਰੂ ਕੇ ਸਿੱਖੋ, ਭਾਂਡਾ ਲੈ ਕੇ ਆਉਣਾ। ਭੱਜ ਪਿਆ ਬਜ਼ੁਰਗ, ਬਜ਼ੁਰਗ ਅਵਸਥਾ ਹੈ, ਮਗਰ ਭੱਜ ਪਿਆ। ਆਪ ਜੀ ਨੂੰ ਗਿਆਤ ਲਈ ਦੱਸਾਂ, ਬੀਬੀ ਕਿੱਧਰ ਵੇ ਨਹੀਂ ਅਤੇ ਕਿੱਧਰ ਵੇਖ ਰਹੀ ਪੁੱਤ, ਧਿਆਨ ਨਾਲ ਸੁਣੋ ਪੁੱਤ, ਇੱਧਰ ਵੇਖੋ, ਇਹਨੂੰ ਨਹੀਂ ਵੇਖਿਆ ਬਾਜ਼ਾਰ 'ਚ। ਬਾਜ਼ਾਰ 'ਚ ਬੱਚੇ ਵੇਖੇ, ਬਜ਼ੁਰਗ ਵੇਖੇ, ਔਰਤਾਂ ਵੇਖੀਆਂ, ਮਗਰ ਬਾਜ਼ਾਰ 'ਚ ਬੋਲੋ ਸਾਹਿਬ ਨੂੰ ਨਹੀਂ ਵੇਖਿਆ। ਤੁਸੀਂ ਸੱਚੀ ਮੁੱਚੀ ਸਾਹਿਬ ਨੂੰ ਵੇਖਣ ਇੱਥੇ ਆਏ ਹੋ, ਸਾਹਿਬ ਦੇ ਦੀਦਾਰ ਕਰਨ ਆਏ ਹੋ। ਜਦੋਂ ਮੈਂ ਆਇਆ ਤਾਂ ਮੇਰੇ ਵੀਰ ਸਤਿਕਾਰਯੋਗ ਰਾਗੀ ਸਾਹਿਬ ਪੜ੍ਹ ਰਹੇ ਸੀ, ਆ ਉਹ ਸੱਜਣਾ, ਹਾਂ ਦੇਖਾਂ ਤੇਰਾ 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 ਨਾ ਕਿ ਆ ਸਾਰਿਆਂ ਦਾ ਤੇਰਾ, ਘਾਰਾ ਪੰਨੜੇ ਖੜੀ ਤੱਕਾਂ, ਮੈਂ ਮਨ ਚਾਹੋ ਘਨੇਰਾ ਰਾਮ। ਮੇਰੇ ਮਨ 'ਚ ਬੜਾ ਚਾਅ ਹੈ, ਮੈਂ ਸੁਰਤ ਟਿਕਾ ਕੇ ਆਪਣੇ ਅੰਦਰ ਬਹਿ ਕੇ ਘਰ ਦਾ ਮਤਲਬ ਇਸ ਸਰੀਰ 'ਚ ਰਹਿ ਕੇ ਸੁਰਤ ਟਿਕਾ ਕੇ, ਮੇਰੇ ਮਾਲਕ ਮੈਂ ਤੇਰੇ ਦੀਦਾਰ ਲਈ ਭੁੱਖੀ ਖਲੋਤੀ, ਮਨ ਚਾਹੋ ਘਨੇਰਾ, ਸੁਣ ਭਰਾ ਮੇਰਾ ਮੈਂ ਤੇਰਾ ਪਰਵਾਸਾ। ਬੜੇ ਤਰਲੇ ਪਾਏ ਉਹ ਸ਼ਬਦ ਵਿੱਚ, ਉੱਥੇ ਦੁੱਧ ਪੀਂਦੇ ਸੁਣ ਰਹੇ ਸਨ, ਆਖੋ ਵਾਹਿਗੁਰੂ। ਜਦੋਂ ਬਜ਼ੁਰਗ ਨੇ ਆਖਿਆ ਮੈਂ ਭਾਂਡਾ ਲੈ ਕੇ ਆਉਣਾ, ਬਜ਼ੁਰਗ ਦੌੜ ਗਿਆ, ਪਿੱਛੋਂ ਆਵਾਜ਼ ਪਈ ਇੱਥੋਂ, ਭੈਣੋ ਫੜੋ ਪੁੱਤ, ਅਸਲੀ ਨਾ ਟੀ ਵੀ 'ਤੇ ਜਿਹੜੀ ਕਥਾ ਆਉਂਦੀ ਉਹਦੀ ਰਿਕਾਰਡਿੰਗ ਹੋਣ ਡਈ ਆ ਅਤੇ ਆਵਾਜ਼ ਵਿੱਚ ਜਾਣੀ। ਮੇਰੀਆਂ ਧੀਆਂ ਚੁੱਪ ਕਰਾਓ, ਬੱਚਿਆਂ ਨੂੰ ਆਖੋ ਵਾਹਿਗੁਰੂ, ਉੱਚੀ ਬੋਲੋ। ਪਿੱਛੋਂ ਆਵਾਜ਼ ਪਈ ਪੁਰਖਾ ਰੁਕ ਜਾ। ਬਾਬਾ ਰੁਕ, ਬਾਬਾ ਮੁੜ ਆਇਆ। ਆਪ ਜੀ ਦੇ ਗਿਆਤ ਲਈ ਦੱਸਾਂ ਗੁਰੂ ਸਾਹਿਬਾਨਾਂ ਦੇ ਵਿੱਚੋਂ ਸਭ ਤੋਂ ਉੱਚਾ ਕੱਦ ਗੁਰੂ ਹਰਗੋਬਿੰਦ ਸਾਹਿਬ ਦਾ ਸੀ। ਕਿਹਦਾ? ਕਿੰਨਾ ਭਲਾ? 7.5 ਫੁੱਟ ਉੱਚਾ। ਅਤੇ ਸਭ ਤੋਂ ਨੀਵਾਂ ਕੱਦ ਸੀ ਬਾਬੇ ਅਮਰਦਾਸ ਦਾ, ਲੱਕ ਕੁੱਬਾ ਸੀ ਅਤੇ ਸਰੀਰ ਕਰਕੇ ਮਧਰੇ ਸੀ, ਮਗਰ ਸੋਚ ਇੰਨੀ ਉੱਚੀ ਅਤੇ ਸੁੱਚੀ ਵੀ ਭੱਟ ਨੂੰ ਲਿਖਣਾ ਪਿਆ ਭਲੇ ਅਮਰਦਾਸ ਗੁਣ ਤੇਰੇ। ਏਡੀ ਵੱਡੀ ਵੀ ਤੈਨੂੰ ਹੀ ਪਤਾ ਹੈ ਤੇਰੀ ਉਪਮਾ ਕੀ ਹੈ, ਦੂਸਰੇ ਨੂੰ ਨਹੀਂ ਪਤਾ। ਤੂੰ ਕਿੱਡਾ ਵੱਡਾ ਹੈ, ਤੂੰ ਕਿੰਨਾ ਕਹਿਰ ਗੰਭੀਰ ਹੈ। ਗੁਰੂ ਅਮਰਦਾਸ ਮਹਾਰਾਜ ਜਲਪਾ ਪਦਾਰਥ ਇੱਤੜੇ, ਜਲਪ ਭੱਟ ਕਹਿੰਦਾ ਜਿੰਨੇ ਦੁਨੀਆਂ ਦੇ ਪਦਾਰਥ ਆ ਨਾ ਬਾਬੇ ਅਮਰਦਾਸ ਕੋਲੋਂ ਮੰਗਣੇ ਨਹੀਂ ਪੈਂਦੇ। ਪਤਾ ਪਕੜ ਰਹੇ ਹੋ? ਬਾਬੇ ਅਮਰਦਾਸ ਕੋਲੋਂ ਦਰਸ਼ਨ ਦੇਖਿਆ ਹੀ ਝੋਲੀ ਭਰ ਜਾਂਦੀ, ਐਡਾ ਵੱਡਾ ਸਤਿਗੁਰੂ। ਗੁਰ ਅਮਰਦਾਸ ਡਿੱਠੇ ਮਿਲੇ, ਵੇਖਿਆ ਹੀ, ਜਿਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕਹਿੰਦੇ ਨਾ ਸ੍ਰੀ ਹਰਕ੍ਰਿਸ਼ਨ ਤੇ ਆਈਏ, ਪਤਾ ਲੱਗਾ ਜਿਹਨੂੰ ਦਰਸ਼ਨ ਕਰਦਿਆਂ ਹੀ ਸਾਰੇ ਦੁੱਖ ਦੂਰ ਹੁੰਦੇ। ਇਸ ਤਰ੍ਹਾਂ ਹੀ ਬਾਬੇ ਅਮਰਦਾਸ ਬਾਰੇ ਲਿਖਿਆ ਹੈ, ਸਤਿਗੁਰੂ ਜਿੰਨੇ ਦੁਨੀਆਂ ਦੇ ਪਦਾਰਥ ਨੇ ਨਾ ਗੋਂਦਵਾਲ ਵਾਲੇ ਬਾਬਾ, ਤੇਰੇ ਕੋਲੋਂ ਮੰਗਣੇ ਨਹੀਂ ਪੈਂਦੇ, ਤੇਰੇ ਦਰ 'ਤੇ ਜਾ ਕੇ ਦਰਸ਼ਨ ਕਰੀਏ ਅਤੇ ਝੋਲੀ ਭਰ ਜਾਂਦੀ। ਏਡਾ ਵੱਡਾ ਬਾਬਾ ਅਮਰਦਾਸ ਪਾਤਸ਼ਾਹ ਹੈ,
ਅਤੇ ਭੱਜ ਪਿਆ ਭਾਂਡਾ ਲੈਣ ਲਈ। ਪਿੱਛੋਂ ਆਵਾਜ਼ ਪਈ, ਪੁਰਖਾ ਰੁਕ ਜਾ। ਆ ਗਿਆ ਸਾਹਿਬ ਨੇ ਆਵਾਜ਼ ਮਾਰੀ ਸੀ, ਕਿਉਂ ਨਾ ਆਉਂਦਾ, ਸੇਵਾਦਾਰ ਬਣ ਕੇ ਆਇਆ ਸੀ, ਭਿਖਾਰੀ ਬਣ ਕੇ ਆਇਆ ਸੀ। ਹਾਂ ਮਹਾਰਾਜ ਹੁਕਮ ਕਰੋ, ਸੁਣ ਰਹੇ ਹੋ ਨਾ ਜੀ, ਹੁਕਮ ਕਰੋ। ਕਿੱਥੇ ਚੱਲਿਆ ਸੈਂ? ਸਾਰਿਆਂ ਨੂੰ ਪਤਾ ਲੱਗਦਾ ਨਾ ਕਿੱਥੇ ਚੱਲਿਆ ਸੈਂ। ਕਹਿੰਦਾ ਜੀ ਭਾਂਡਾ ਲੈਣ। ਤੁਸੀਂ ਕਹਿੰਦੇ ਸੀ ਨਾ ਭਿਖਾਰੀ ਦੇ ਹੱਥ ਵਿੱਚ ਠੂਠਾ ਭਾਂਡਾ ਹੁੰਦਾ ਹੈ, ਅਤੇ ਮੈਂ ਭਿਖਾਰੀ ਬਣ ਕੇ ਅਤੇ ਠੂਠਾ ਲੈਣ ਤੁਰ ਪਿਆਂ। ਅਤੇ ਸਾਹਿਬ ਨੇ ਪੁੱਛਿਆ ਕਾਹਦਾ ਲਿਆਏਗਾ? ਧਿਆਨ ਦਿਓ ਜਰਾ, ਕੀ ਪੁੱਛਿਆ? ਭਾਂਡਾ। ਆ ਹੁਣ ਤਾਂ ਇਸ ਤਰ੍ਹਾਂ ਦੇ ਨੇ ਕਿ ਲੋਕ ਟਹਿ ਦੇ ਪਿੱਤਲ ਦੇ ਇਹ ਭਾਂਡੇ ਹੁੰਦੇ ਸੀ ਨਾ, ਕੱਚ ਦੇ ਮਿੱਟੀ ਦੇ। ਆਵਾਜ਼ ਦਿੱਤੀ ਕਾਹਦਾ ਭਾਂਡਾ ਲਿਆਏਗਾ? ਅਤੇ ਬਾਬੇ ਅਮਰਦਾਸ ਨੇ ਖੁੱਲ੍ਹਾ ਦਾੜਾ ਹੱਥ 'ਚ ਫੜ ਕੇ ਆਖਿਆ, ਸਾਹਿਬਾ ਜੇਵਟ ਆਪ ਜਿੱਡਾ ਤੂੰ ਆਪ ਵੱਡਾ, ਵੱਡੀ ਤੇਰੀ ਦਾਤ ਵੱਡੀ, ਹੁਣ ਮਿੱਟੀ 'ਚ ਥੋੜ੍ਹੀ ਪਾਊਂਗਾ, ਸੋਨੇ ਦਾ ਭਾਂਡਾ ਲੈ ਕੇ ਆਊਂ। ਆਖੋ ਵਾਹਿਗੁਰੂ। ਅਤੇ ਆਵਾਜ਼ ਆਈ ਇੱਥੋਂ, ਇਹੋ ਹੀ ਸਥਾਨ ਆ, ਉਹੀ ਬਾਬਾ ਬੈਠਾ ਹੈ, ਅੱਖਾਂ ਵਾਲਿਆਂ ਨੂੰ ਦਿਸਦਾ ਹੈ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਬਸ ਚੁੱਲ੍ਹੇ ਸੋ ਛੱਤ ਆ ਨਿਰੰਜਣੀ ਚਦੋਆ ਚੰਦੋਰ ਚੁੱਲ੍ਹਾ। ਉਹੋ ਹੀ ਗੁਰੂ ਬੈਠਾ ਹੈ, ਜਿਹਨਾਂ ਅੱਖਾਂ ਵਾਲਿਆਂ ਨੇ ਵੇਖਿਆ, ਜਿੰਨਾ ਗੁਰੂ ਅੰਗਦ ਦੇਵ ਸਾਹਿਬ ਦੇ ਦੀਦਾਰ ਦਾ ਫਲ ਝੋਲੀ 'ਚ ਪੈਂਦਾ ਹੈ, ਉਹਨਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤਿਆਂ ਝੋਲੀਆਂ ਭਰਦੀਆਂ। ਮਗਰ ਕੋਈ ਕਰਨ ਵਾਲਾ ਹੋਵੇ, ਮਨ ਨੂੰ ਟਿਕਾਵੇ, ਆਖੋ ਵਾਹਿਗੁਰੂ। ਕਾਹਦਾ ਲਿਆਏਗਾ? ਸੋਨੇ ਦਾ। ਆਵਾਜ਼ ਆਈ, ਸੁਣ ਰਹੇ ਹੋ ਨਾ ਜੀ, ਟਿਕੇ ਆਵਾਜ਼ ਆਈ, ਜਿਹੜੀ ਤੂੰ ਚੀਜ਼ ਮੰਗੀ ਆ, ਚੌਂਕੜਾ ਪਾਈ ਸੋਨੇ, ਜਿਹੜੀ ਤੂੰ ਚੀਜ਼ ਮੰਗੀ ਇਹ ਸੋਨੇ ਦੇ ਭਾਂਡੇ 'ਚ ਨਹੀਂ ਪੈਂਦੀ। ਤੁਹਾਡੇ 'ਚੋਂ ਬਹੁਤ ਸਾਰੇ ਮੇਰੇ ਵੀਰ ਹੋਣਗੇ ਜਿਹਨਾਂ ਸੋਨੇ ਦੀ ਮੁੰਦਰੀ ਪਾਈ ਹੋ, ਸੋਨੇ ਦੇ ਕੜੇ ਹੋਣਗੇ ਜਿਹਨਾਂ ਕੋਲ, ਜੇ ਇਹ ਨਿਸ਼ਾਨੀ ਜਿਹਦੇ ਹੱਥ 'ਚੋਂ ਸੋਨੇ ਦਾ ਕੜਾ ਅਤੇ ਮੁੰਦਰੀ ਆ ਨਾ, ਅਤੇ ਗਲ 'ਚ ਸੋਨੇ ਦੀ ਚੈਨ ਆ, ਉਹ ਨਾਮ ਤੋਂ ਖਾਲੀ ਹੋਊਗਾ। ਇਹ ਪੱਕਾ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਨਾਮ ਜਪਣ ਵਾਲੀਆਂ ਰੂਹਾਂ ਸਰਬਲੋ ਦੇ ਕੜੇ ਤੋਂ ਬਿਨਾਂ ਕੱਖ ਨਹੀਂ ਪਾਉਂਦੀਆਂ। ਉਹਨਾਂ ਲਈ ਗਹਿਣਾ ਹੈ, ਉਹਨਾਂ ਲਈ ਗਹਿਣਾ ਹੈ ਸਰਬਲੋ ਦਾ, ਉੱਚੀ ਬੋਲੋ, ਸਰਬਲੋ ਦਾ ਕੜਾ ਜਿਹੜਾ ਗੁਰੂ ਨੇ ਦਿੱਤਾ ਹੈ। ਇੱਥੇ ਜਰਾ ਕੁ ਹੱਥ ਰੱਖੋ, ਜਿਹਨਾਂ ਜਿਹਨਾਂ ਕੋਲ ਸਰਬਲੋ ਦਾ ਕੜਾ ਹੈ, ਫੜੋ ਹਾਂ ਇੱਥੇ ਲਿਆਓ, ਬਾਹਰ ਲਿਆਓ, ਅਤੇ ਉਹਦੇ 'ਤੇ ਹੱਥ ਰੱਖ ਕੇ ਨਾ, ਅਤੇ ਸੰਸਾਰ ਨੂੰ ਦੱਸੋ ਇਹ ਮੇਰੇ ਕੁੜਮ ਨੇ ਨਹੀਂ ਦਿੱਤਾ, ਇਹ ਮੇਰੇ ਮਾਸਰ ਨੇ ਨਹੀਂ ਪਾਇਆ, ਮੇਰੇ ਮਾਮਿਆਂ ਨਹੀਂ ਪਾਇਆ, ਮੇਰੇ ਜਨਮ 'ਤੇ ਦਿਨ 'ਤੇ ਪਾਇਆ, ਇਹ ਜਿੱਦਣ ਮੇਰਾ ਜਨਮ ਹੋਣ ਲੱਗਾ ਸੀ ਨਾ ਗੁਰੂ ਦੇ ਘਰ 'ਚ। ਆਖੋ ਵਾਹਿਗੁਰੂ। ਇਹ ਨਿਸ਼ਾਨੀ ਮੇਰੇ ਸਾਹਿਬ ਦੀ, ਇਹ ਨਿਸ਼ਾਨੀ ਸਾਧਕੀ, ਬੋਲੋ ਸਾਧ ਕੌਣ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀਏ, ਜਿਹਨੂੰ ਪਾਉਣ ਨਾਲ ਤਰਜੀ ਦਾ, ਜਿਹਦੇ ਹੱਥ ਵਿੱਚ ਕੜਾ, ਜਮ ਕੰਕਰ ਨੇੜ ਨਾ ਆਵੇਈ ਫਿਰ ਬੋੜ ਨਾ ਮਰੀਏ, ਦੁਬਾਰਾ ਜੰਮਣ ਮਰਨ ਨਹੀਂ ਹੁੰਦਾ ਜਿਹਦੇ ਹੱਥ ਵਿੱਚ ਸਰਬਲੋ ਦਾ ਕੜਾ ਹੈ। ਗੁਰੂ ਕੇ ਸਿੱਖੋ, ਸਿੱਖੀ ਨੂੰ ਰੋਲੀਏ ਨਾ, ਸਿੱਖੀ ਦੇ ਕਕਾਰਾਂ ਨੂੰ ਸੰਭਾਲੀਏ। ਜਦੋਂ ਉਹਨੇ ਆਖਿਆ ਸੋਨੇ 'ਚ ਨਹੀਂ ਪੈਣਾ, ਅਤੇ ਬਾਬੇ ਅਮਰਦਾਸ ਨੇ ਕਿਹਾ ਪਿੱਤਲ ਦਾ ਲੈ ਆਊਂਗਾ, ਕਹਿੰਦੇ ਪਿੱਤਲ 'ਚ ਵੀ ਨਹੀਂ ਪੈਣਾ। ਧਿਆਨ ਦਿਓ ਗੁਰੂ ਕੇ ਸਿੱਖੋ, ਗੱਲ ਤਾਂ ਇੱਕੋ ਹੀ ਬੜੀ ਮਤ ਵਿੱਚ ਰਤਨ, ਕਿੰਨੀਆਂ ਕੁ ਸੁਣੀਆਂ? ਜੇ ਇੱਕ ਗੁਰ ਕੀ ਸਿੱਖ ਬਣੇ ਸਿੱਖਿਆ, ਬੋਲੋ ਸਿੱਖ ਬਣੇ
ਸਾਰੇ ਦੀਵਾਨ ਵਿੱਚੋਂ ਤੁਸੀਂ ਮੇਰੀਆਂ ਭੈਣਾਂ ਵੀਰ ਗੁਰਸਿੱਖ ਪਿਆਰੇ ਇੱਕ ਗੁਰੂ ਦੀ ਗੱਲ ਸੁਣ ਕੇ ਚੱਲ ਜਾਓ। ਆਹ ਜਿਹੜੀ ਖੋਪਰੀ ਆ ਨਾ ਤੁਹਾਡੀ ਅਤੇ ਮੇਰੀ, ਇਹਦੇ ਵਿੱਚ ਜਿੱਥੇ ਕੂੜਾ ਕਰਕਟ ਭਰਿਆ, ਨਿੰਦਾ ਚੁਗਲੀ ਦਵੈਤ ਭਰੀ, ਮੇਰਾ ਗੁਰੂ ਕਹਿੰਦਾ ਐਂ ਸਫਾਈ ਕਰ ਦੂੰਗਾ ਅਤੇ ਵਿੱਚ ਭਰ ਦੂੰਗਾ ਹੀਰੇ ਰਤਨ ਜਵਾਹਰ ਮਾਣਕ, ਇੰਨੇ ਉੱਚੇ ਅਤੇ ਸੁੱਚੇ ਵਿਚਾਰ ਭਰ ਦੂੰਗਾ। ਇੱਕ ਗੱਲ ਗੁਰੂ ਦੀ ਸੁਣ ਲਾ ਬਸ, ਬਹੁਤੀਆਂ ਨਹੀਂ ਬਹੁਤੀਆਂ ਨਹੀਂ, ਆਖੋ ਵਾਹਿਗੁਰੂ ਬਹੁਤੀਆਂ ਨਹੀਂ। ਉਹਨੇ ਕਿਹਾ ਪਿੱਤਲ ਦਾ ਲਿਆਉਣਾ, ਕਹਿੰਦੇ ਪਿੱਤਲ 'ਚ ਵੀ ਨਹੀਂ ਪੈਣਾ। ਮਹਾਰਾਜ ਕਹਿਣ ਦਾ ਲਿਆਉਣਾ, ਕਹਿੰਦੇ ਕਹਿਣ ਦੇ ਵਿੱਚ ਵੀ ਨਹੀਂ ਪੈਣਾ। ਮਿੱਟੀ ਦਾ ਲਿਆਉਣਾ, ਕਹਿੰਦੇ ਮਿੱਟੀ 'ਚ ਭੁੱਬਾਂ ਮਾਰ ਕੇ ਬਾਬਾ ਰੋ ਪਿਆ, ਬਾਬਾ ਮੈਨੂੰ ਪਤਾ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਗਿਆ। ਆਖੋ ਵਾਹਿਗੁਰੂ ਮੈਨੂੰ ਕੀ ਬੁਝਾਰਤਾਂ ਪਾਉਣਾ ਆ। ਕਹਿੰਦਾ ਸਭ ਭਾਂਡਾ ਲਿਆ, ਜੇ ਮੈਂ ਭਾਂਡੇ ਲਿਆਉਣ ਦੀ ਗੱਲ ਕੀਤੀ, ਸੋਨੇ ਦੀ ਗੱਲ ਕੀਤੀ, ਤੂੰ ਕਿਹਾ ਸੋਨੇ 'ਚ ਨਹੀਂ ਪੈਣਾ, ਸਮਝ ਲੱਗ ਰਹੀ? ਫਿਰ ਤੂੰ ਕਿਹਾ ਕਿ ਪਿੱਤਲ ਦੇ 'ਚ ਨਹੀਂ ਪੈਣਾ, ਮਿੱਟੀ ਦੇ 'ਚ ਨਹੀਂ ਪੈਣਾ, ਕਹਿਣ ਦੇ, ਫਿਰ ਪੈਣਾ ਕਾਹਦੇ 'ਚ ਆ? ਹਾਏ ਹਾਏ ਹਾਏ, ਆਖੋ ਵਾਹਿਗੁਰੂ। ਬਾਬਾ ਬੋਲਿਆ ਇਹ ਜਿਹੜਾ ਨਾਮ ਦਾ ਤਾਣਾ ਨਾ, ਇਹ ਸੇਵਾ ਦੇ ਭਾਂਡੇ 'ਚ ਪੈਂਦਾ ਹੀ। ਬੋਲੋ ਹਜ਼ਰਾ ਕਾਹਦੇ 'ਚ? ਮਾਂਜੇ ਹੀ ਕਦੀ ਭਾਂਡੇ ਗੁਰੂ ਨਾਨਕ ਦੀ ਸੰਗਤ ਦੇ ਪੁਰਸ਼ ਨੂੰ ਪੁੱਛ ਰਹੇ? ਕੌਣ? ਗੁਰੂ ਅੰਗਦ ਦੇਵ ਸਾਹਿਬ ਬਾਬੇ ਨੂੰ ਪੁੱਛ ਰਹੇ, ਕਦੀ ਭਾਂਡੇ ਮਾਂਜੇ ਹੀ ਗੁਰੂ ਨਾਨਕ ਦੀ ਸੰਗਤ ਦੇ? ਤੁਸੀਂ ਆਪਣੇ ਆਪ ਨੂੰ ਪੁੱਛ ਲਓ ਇੱਕ ਵਾਰ, ਮੈਂ ਟਾਈਮ ਦੇਣਾ ਤੁਹਾਨੂੰ। ਆਖੋ ਵਾਹਿਗੁਰੂ। ਮਾਰਿਆ ਹੀ ਕਦੀ ਗੁਰੂ ਨਾਨਕ ਦੇ ਘਰ ਝਾੜੂ? ਬੀਬੀ ਚੌਂਕੜਾ ਮਾਰ ਲਓ, ਚੌਂਕੜਾ ਮਾਰ ਲਓ, ਜੇ ਲੱਤਾਂ ਥੱਕਦੀਆਂ ਫਿਰ ਕੋਈ ਗੱਲ ਨਹੀਂ। ਆਖੋ ਵਾਹਿਗੁਰੂ। ਤੁਸੀਂ ਸੋਚੋ, ਆਪਣੇ ਆਪ ਨੂੰ ਪੁੱਛੋ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ, ਜਿਹੜੀ ਬਲਜੀਤ ਕੌਰ ਆ ਉਹ ਪੁੱਛੇ, ਬਲਜੀਤ ਕੌਰੇ ਤੂੰ ਕਦੀ ਝਾੜੂ ਮਾਰਿਆ ਗੁਰੂ ਨਾਨਕ ਦੇ ਘਰ 'ਚ? ਭਾਂਡੇ ਮਾਂਜੇ ਹੀ ਕਦੀ ਗੁਰੂ ਨਾਨਕ ਦੀ ਸੰਗਤ ਦੇ? ਪੁੱਛੋ ਆਪਣੇ ਆਪ ਨੂੰ, ਆਪਣੇ ਆਪ ਨਾਲ ਗੱਲ ਕਰ ਲਓ, ਫਿਰ ਆਪੇ ਜਵਾਬ ਲੈ ਲਓ। ਅੰਦਰ ਬੈਠੇ ਨੇ ਤੁਹਾਨੂੰ ਜਵਾਬ ਦੇਣਾ ਹੈ, ਦਊਗਾ ਕਿ ਨਹੀਂ? ਬੋਲੋ ਵੀ ਤੂੰ ਤਾਂ ਕਦੀ, ਆਹ ਜਿਹੜੇ ਬੱਚਿਆਂ ਨੇ ਤੇਰੇ ਨਾਲ ਨਹੀਂ ਨਿਭਣਾ, ਇਹਨਾਂ ਦੇ ਤਾਂ ਭਾਂਡੇ ਤੂੰ ਰੋਜ਼ ਧੋਣੀ ਹੈ, ਮਗਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਤੇਰੇ ਨਾਲ ਜਾਣਾ ਹੈ, ਉਹਦੀ ਸੰਗਤ ਦੇ ਤੂੰ ਕਦੀ ਸੇਵਾ ਨਹੀਂ ਕੀਤੀ? ਨਹੀਂ ਨਾ ਕੀਤੀ? ਬੋਲੋ ਗੁਰੂ ਕ੍ਰਿਸ਼ਨ, ਜਿਨ੍ਹਾਂ ਜਿਨ੍ਹਾਂ ਕੀਤੀ ਉਹ ਮੁਬਾਰਕ ਭਾਗਾਂ ਵਾਲੇ ਨੇ, ਤੁਹਾਡੇ 'ਚੋਂ ਬੜੇ ਜਾਂਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ। ਆਖੋ ਵਾਹਿਗੁਰੂ। ਸਾਰਾ ਸਾਰਾ ਦਿਨ ਉੱਥੇ ਗੁਰੂ ਰਾਮਦਾਸ ਦੇ ਲੰਗਰ ਦੇ ਭਾਂਡੇ ਮਾਂਜਦੇ ਆ ਭਾਗਾਂ ਵਾਲੇ ਨੇ। ਜਿਸ ਕੇ ਮਸਤਕ ਭਾਗ ਸੋ ਲਾਗਾ ਸੇਵ, ਬੋਲੋ ਹਾਂ, ਜਿਸ ਕੇ ਸਤਿਗੁਰ ਕੀ ਸੇਵਾ ਨਿਰਮਲੀ, ਸਤਿਗੁਰੂ ਦੀ ਸੇਵਾ ਬੜੀ ਨਿਰਮਲ ਹੈ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ, ਨਿਰਮਲ ਜਨ ਹੋਏ ਸੋ ਸੇਵਾ। ਗੁਰੂ ਦੀ ਸੇਵਾ ਬੜੀ ਨਿਰਮਲੀ ਆ, ਜਿਹਦੀ ਸੁਰਤ ਬੜੀ ਨਿਰਮਲ ਹੋਵੇ, ਸਮਝ ਲਓ ਉਹਦਾ ਦਿਲ ਕਰਦਾ ਭਾਂਡੇ ਮਾਂਜਣ ਨੂੰ। ਐਵੇਂ ਨਹੀਂ, ਹਰ ਇੱਕ ਦੇ ਇੱਕ ਵੱਸ ਦਾ ਰੋਗ ਨਹੀਂ ਹੈ। ਬਾਬੇ ਅਮਰਦਾਸ ਨੂੰ ਆਖਿਆ ਸੇਵਾ ਦਾ ਭਾਂਡਾ ਹੈਗਾ ਹੀ। ਬਾਬੇ ਨੇ ਰੋ ਕੇ ਆਖਿਆ ਮੈਂ ਗੰਗਾ 'ਤੇ ਬੜੀ ਵਾਰ ਗਿਆ, ਯਾਤਰਾ ਬਹੁਤ ਕੀਤੀਆਂ ਨੇ, ਮਗਰ ਮੈਂ ਕਦੀ ਗੁਰੂ ਨਾਨਕ ਦੀ ਸੰਗਤ ਦੇ ਭਾਂਡੇ ਨਹੀਂ ਮਾਂਜੇ, ਝਾੜੂ ਨਹੀਂ ਮਾਰਿਆ। ਅਤੇ ਫਿਰ ਬਾਬੇ ਨੇ ਅੱਗੋਂ ਆਖਿਆ, ਗੁਰੂ ਅੰਗਦ ਦੇਵ ਸਾਹਿਬ ਨੇ, ਪੁਰਖਾ ਤੇਰੇ ਕੋਲ ਤਾਂ ਭਾਂਡਾ ਹੀ ਨਹੀਂ, ਮੈਂ ਵਸਤੂ ਪਾਵਾਂ ਕਿੱਥੇ? ਪਤਾ ਲੱਗਾ ਜੀ, ਤੇਰੇ ਕੋਲ ਤਾਂ ਮੈਂ ਵਸਤੂ ਪਾਵਾਂ ਕਿੱਥੇ?
ਅਤੇ ਡਾਂਟ ਮਾਰ ਕੇ ਆਖਿਆ, ਸਾਹਿਬਾ ਜੇ ਇੰਨੀ ਉਮਰ ਤੱਕ ਨਹੀਂ ਨਾ ਕਰ ਸਕਿਆ ਤਾਂ ਹੁਣ ਤੇਰੀ ਕਿਰਪਾ ਹੋਵੇ, ਸੇਵਾ ਕਰਾ ਲਾ। ਤੁਸੀਂ ਨਹੀਂ ਕਹਿ ਸਕਦੇ, ਬੋਲੋ ਜੀ ਗੁਰੂ, ਕਹੋ ਵੀ ਜੇ ਅੱਜ ਤੱਕ ਨਹੀਂ ਕਰਵਾਈ ਤਾਂ ਕਰਵਾ ਲਾ। ਫਿਰ ਆਖਿਆ, ਚੰਗਾ ਉਹ ਗਾਗਰ ਚੁੱਕ ਲਾ। ਇਹ ਕਿਹਾ ਸੀ, ਕੀ ਕਿਹਾ ਸੀ? ਉਹ ਗਾਗਰ ਚੁੱਕ ਲਾ, ਸਾਡੇ ਲਈ ਜਲ ਲੈ ਕੇ ਆਇਆ ਕਰ ਅਤੇ ਸਾਨੂੰ ਰੋਜ਼ ਜਲ ਲਿਆ ਕੇ ਇਸ਼ਨਾਨ ਕਰਾਇਆ ਕਰ। ਜਿੱਦਣ ਤੇਰਾ ਭਾਂਡਾ ਪਵਿੱਤਰ ਹੋ ਜਾਊਗਾ, ਮੈਂ ਨਾਮ ਦੀ ਵਸਤੂ ਪਾ ਦੂੰਗਾ। ਤੁਸੀਂ ਭਿਖਾਰੀ ਬਣੋ ਨਾ, ਤੁਸੀਂ ਵੀ ਕਹੋ ਗਰੀਬ ਨਵਾਜ, ਹਮ ਭਿਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ। ਅੱਗੋਂ ਆਵਾਜ਼ ਆਈ, ਕਿੰਨਾ ਚਿਰ ਦਵਾਂ? ਘੰਟਾ, ਦੋ ਘੰਟੇ? ਅਤੇ ਬਾਬੇ ਦੇ ਹਿਰਦੇ 'ਚੋਂ ਉੱਠੀ ਆਵਾਜ਼, ਸਦਾ ਰਹੂੰ ਰੰਗ ਰਾਤਾ, ਸਦਾ ਰਹੂੰ ਰੰਗ ਰਾਤਾ, ਸਦਾ ਮੇਰੇ ਵੀਰੋ ਅਤੇ ਭੈਣੋ, ਗੁਰੂ ਕੇ ਸਿੱਖੋ, ਅਜੇ ਮੈਂ ਹਲੇ ਤੁਹਾਡੇ ਕਲੇਜੇ ਦੀ ਆਵਾਜ਼ ਨਹੀਂ ਸੁਣੀ। ਬਾਬੇ ਨੇ ਆਖਿਆ, ਕਿੰਨਾ ਚਿਰ ਨਾਮ ਧੰਨ ਤੈਨੂੰ ਦਾਂ? ਘੰਟਾ, ਦੋ ਘੰਟੇ? ਕਹਿੰਦੇ ਨਹੀਂ, ਐਸੀ ਸੀਸ ਦੇ, ਸਦਾ ਰਹੂੰ ਰੰਗ ਰਾਤਾ, ਸਦਾ ਰਹੂੰ ਰੰਗ ਰਾਤਾ, ਸਦਾ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਵਾਹਿਗੁਰੂ, 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 ਦੇ ਚਰਨਾਂ 'ਚ ਹੋਰ ਲਾਉਣੇ, ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੱਲਦੇ ਹਾਂ। ਕਪੂਰਥਲੇ ਦੀ ਕਹਾਣੀ। ਕੋਈ ਜ਼ਿਮੀਂਦਾਰ, ਹੱਥ ਜੁੜ ਕੇ ਬੇਨਤੀ, ਟਿਕਾ ਕੇ ਨਾ ਸੁਣਿਆ, ਕੋਈ ਜ਼ਿਮੀਂਦਾਰ ਰੋਜ਼ ਦਾ ਨੇਮ ਬਣਾ ਬੈਠਾ ਸ਼੍ਰੀ ਜਪਜੀ ਸਾਹਿਬ ਦਾ, ਧਿਆਨ ਦਿਓ ਜੀ, ਕਾਹਦਾ? ਸ਼੍ਰੀ ਜਪਜੀ ਸਾਹਿਬ।
ਅਤੇ ਇੱਕ ਗੱਲ ਮੈਂ ਤੁਹਾਨੂੰ ਕਹਾਂ, ਜਿਹੜੇ ਤੁਹਾਡੇ ਭਰਾ ਉੱਥੇ ਬੈਠੇ ਆ ਨਾ ਬਾਰਡਰ ਦੇ ਉੱਤੇ, ਇਹਨਾਂ ਦੀ ਗੁਰੂ ਨੇ ਤਾਂ ਨਹੀਂ ਪਿੱਠ ਲੱਗਣ ਦੇਣੀ ਕਿ ਕਿਰਤੀ ਨੇ। ਜਿਹੜਾ ਬੰਦਾ ਕਿਰਤੀ ਹੁੰਦਾ ਹੈ ਉਹ ਕਰਤੇ ਦੇ ਬਹੁਤ ਲਾਗੇ ਹੁੰਦਾ। ਆਖੋ ਇਹ ਗੁਰੂ ਕੀ ਕਿਹਾ ਦਾਸ ਨੇ, ਜਿਹੜੇ ਅਸੀਂ ਵਿਹਲੜ ਬੰਦੇ ਹਾਂ ਨਾ, ਸਾਡੀ ਮੇਰੀ ਸ਼੍ਰੇਣੀ ਜਿਹੜੀ ਪੰਡਤਾਂ ਦੀ, ਮੁੱਲਾਂ ਦੀ, ਭਾਈਆਂ ਦੀ, ਅਸੀਂ ਰੱਬ ਤੋਂ ਬਹੁਤ ਦੂਰ ਹਾਂ। ਆਖੋ ਇਹ ਗੁਰੂ ਜਿਹੜਾ ਬੰਦਾ ਕਿਰਤ ਕਰਕੇ ਰੋਟੀ ਖਾਂਦਾ ਹੈ ਉਹ ਰੱਬ ਦੇ ਬਹੁਤ ਨਜ਼ਦੀਕ ਆ। ਭਾਵੇਂ ਕੋਈ ਰਕਸ਼ਾ ਚਲਾਉਂਦਾ ਹੈ, ਭਾਵੇਂ ਕੋਈ ਰੇਹੜੀ ਚਲਾਉਂਦਾ ਹੈ, ਭਾਵੇਂ ਕੋਈ ਖੇਤੀਬਾੜੀ ਕਰਦਾ, ਉਹ ਰੱਬ ਦੇ ਬੋਲੋ ਬਹੁਤ ਨਜ਼ਦੀਕ ਆ। ਕਿਰਤੀ ਸੀ ਸਿੱਖ ਅਤੇ ਚੌਂਕੜਾ ਮਾਰੇਗਾ ਸਵੇਰੇ, ਭੈਣ ਸੁਣੇ ਦਿਓ, ਚੌਂਕੜਾ ਮਾਰਿਆ ਅਤੇ ਜਪਜੀਤ ਸਾਹਿਬ ਪੜ੍ਹਦੇ ਪੜ੍ਹਦਾ ਜਦੋਂ ਉੱਥੇ ਗਿਆ ਨਾ, ਕਰਮਖੰਡ ਕੀ ਬਾਣੀ ਉੱਚੀ ਬੋਲੋ, ਜਿੱਥੇ ਐਸੀ ਸੁਰਤ ਸਰੀਰ 'ਚੋਂ ਤਾਂ ਉੱਠੀ, ਸੁਰਤ ਅਤੇ ਸ਼ਬਦ ਦਾ ਮਿਲਾਪ ਹੋ ਗਿਆ। ਤੁਸੀਂ ਤਾਂ ਮੈਂ ਵੀ ਰੋਜ਼ ਪੜ੍ਹਦੇ ਹਾਂ, ਪੜ੍ਹਦੇ ਕਿ ਨਹੀਂ ਜੋਗੀ ਸਾਹਿਬ, ਬੋਲੋ ਕਦੀ ਹੋਇਆ, ਕਿੱਧਰ ਵੇਂਦੇ ਹੋ, ਕਦੀ ਹੋਇਆ ਮਿਲਾਪ? ਭਾਗਾਂ ਵਾਲੇ ਨੇ ਪੜ੍ਹਿਆ ਜਪਜੀਤ ਸਾਹਿਬ ਅਤੇ ਸੁਰਤ ਅਤੇ ਸ਼ਬਦ ਦਾ ਮਿਲਾਪ ਹੋ ਗਿਆ, ਅਤੇ 2 ਘੰਟੇ ਉਹਨੂੰ ਪਤਾ ਨਹੀਂ ਰਿਹਾ ਮੈਂ ਕਿੱਥੇ ਹਾਂ। 2 ਘੰਟੇ ਇਸ ਸ਼ਹਿਰ ਦਾ ਕਪੂਰਥਲੇ ਦਾ ਇੱਕ ਸ਼ਾਹੂਕਾਰ ਸੀ ਜਿਹਦਾ ਨਾਂ ਸੀ ਸ਼ਾਮੂ ਸ਼ਾਹ। ਬੋਲੋ ਕੀ ਇਤਿਹਾਸ ਪੜ੍ਹਿਓ, ਕਥਾ ਸੁਣਿਓ, ਇਹਦੇ 'ਚ ਨਾਮ ਆਇਆ ਸ਼ਾਮੂ ਸ਼ਾਹ। ਸ਼ਾਮੂ ਸ਼ਾਹ ਇੱਥੋਂ ਦਾ ਸੇਠ ਸੀ, ਬਾਬੇ ਅਮਰਦਾਸ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਅਤੇ ਵਾਰ ਵਾਰ ਉਹਨਾਂ ਦੀ ਸੀਨਰੀ ਸਾਹਮਣੇ ਆਈ ਜਾਂਦੀ। ਉਹ ਸ਼ਾਮੂ ਸ਼ਾਹ ਖੂਹ ਦੇ ਕੋਲੋਂ ਦੀ ਲੰਘਿਆ ਅਤੇ ਜੱਟ ਦਾ ਖੂਹ ਵਗ ਰਿਹਾ ਅਤੇ ਸੁਰਤ ਜੁੜੀ। ਸ਼ਾਮੂ ਸ਼ਾਹ ਹੱਥ ਜੋੜ ਕੇ ਖਲੋਤਾ ਰਿਹਾ, ਵੇਖਦਾ ਹੈ ਵਰਿਆ ਦਰਗੇ ਗੁਰੂ ਜੀ। ਬੋਲੋ ਭਲਾ ਆਉਂਦੀ ਹੋਣੀ ਕਿਸੇ ਨੂੰ ਬਾਣੀ, ਵਰਿਆ ਦਰਗੇ ਕੁਦਰਤੀ ਨੂਰ, ਕੁਦਰਤੀ ਦਰਗਾਹ ਦੇ ਵਿੱਚੋਂ ਕੁਦਰਤ ਦਾ ਨੂਰ ਵਗ ਰਿਹਾ ਉਸ ਜ਼ਿਮੀਂਦਾਰ ਦੇ ਚਿਹਰੇ ਤੋਂ। ਹਾਜ਼ਰ ਹੋ ਜੀ, ਆ ਚੰਗੇ ਸਤਿਗੁਰੂ ਕਿਸੇ ਸਿੱਧੇ ਹੋ ਕੇ ਬੈਠੋ। ਹਾਂ ਤੁਸੀਂ, ਤੁਹਾਨੂੰ ਕਹਿ ਰਹੇ ਦਰਗਾਹੀ ਨੂਰ ਉਹਦੇ ਚਿਹਰੇ ਤੋਂ ਵਗ ਰਿਹਾ। ਸ਼ਾਮੂ ਸ਼ਾਹ ਨੇ ਆਖਿਆ ਵੀ ਇਹ ਬੰਦਾ ਤਾਂ ਮੇਰੇ ਕੋਲੋਂ ਕਰਜ਼ੇ ਦੇ ਪੈਸੇ ਲੈਂਦਾ ਹੈ। ਹਾਜ਼ਰ ਰਹੋ ਤੁਸੀਂ ਨਾ ਵੇਖੋ ਉੱਧਰ ਉੱਧਰ, ਇਹ ਬੰਦਾ ਤਾਂ ਮੇਰੇ ਕੋਲੋਂ ਕਰਜ਼ੇ ਆਪਾਂ ਲੈਂਦੇ ਸਾਂ, ਆੜਤੀਆਂ ਦਾ ਹੁਣ ਵੀ ਰੌਲਾ ਪਿਆ ਹੈ, ਉਦੋਂ ਵੀ ਆੜਤੀ ਲੋਕ ਚਾਹ ਪੈਸੇ ਦਿੰਦੇ ਸੀ ਕਰਜ਼ੇ 'ਤੇ, ਇਹ ਬੰਦਾ ਤਾਂ ਮੇਰੇ ਤੋਂ ਕਰਜ਼ੇ ਦੇ ਪੈਸੇ ਲੈਂਦਾ ਹੈ, ਕਮਾਲ ਦੀ ਗੱਲ ਆ। ਅੱਜ ਇਹਨੂੰ ਕਿਹੜਾ ਧਨ ਮਿਲ ਗਿਆ ਇਹਦੇ ਚਿਹਰੇ ਦੇ ਉੱਤੋਂ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਐਡੀਆਂ ਐਡੀਆਂ ਲਾਟਾਂ ਵਗਣੀਆਂ ਅਤੇ ਇੱਕ ਰਸ ਬੈਠਾ ਕੀ ਕਰ ਰਿਹਾ ਹੈ? ਸੇਠ ਹੱਥ ਜੋੜ ਕੇ ਕੋਲ ਖਲੋਤਾ ਰਿਹਾ, ਸੁਣ ਰਿਹਾ ਨਾ ਪੁੱਤ, ਸੇਠ ਹੱਥ ਜੋੜ ਕੇ ਕੋਲ ਖਲੋਤਾ ਰਿਹਾ। ਜਦੋਂ ਸਿੱਖ ਨੇ ਅੱਖਾਂ ਖੋਲੀਆਂ, ਆਖਿਆ ਵਾਹਿਗੁਰੂ ਤੇਰਾ ਸ਼ੁਕਰ ਹੈ, ਅਤੇ ਸੇਠ ਨੂੰ ਖਲੋਤਿਆਂ ਵੇਖਿਆ ਅਤੇ ਸਿੱਖ ਭੱਜ ਕੇ ਜਾ ਕੇ ਅਤੇ ਸੇਠ ਨੂੰ ਕਹਿੰਦਾ, ਮਹਾਰਾਜ ਤੁਸੀਂ ਮੇਰੇ ਕੋਲ ਹੱਥ ਜੋੜ ਕੇ ਕਿਉਂ ਖਲੋਤੇ, ਮੈਂ ਤਾਂ ਤੁਹਾਡਾ ਕਰਜ਼ਾਈ ਹਾਂ। ਅਤੇ ਸੇਠ ਦੀਆਂ ਨੇਤਰਾਂ 'ਚੋਂ ਜਲ ਵਗਿਆ, ਸਿੱਖਾ ਤੂੰ ਮੇਰੀ ਝੂਠੀ ਅਮੀਰੀ ਵੇਖੀ, ਝੂਠੀ ਅਮੀਰੀ, ਚੌਂਕੜੇ ਮਾਰੋ ਸੋਹਣੀ ਤਰ੍ਹਾਂ, ਲੱਕ ਕਰਕੇ ਬੈਠੋ ਇਤਰਾ ਸਿੱਧਾ, ਆਖੋ ਏ ਗੁਰੂ ਤੂੰ ਮੇਰੀ, ਇੱਥੇ ਬਥੇਰੇ ਹੋਣਗੇ ਤੁਹਾਡੇ ਕੋਲ ਝੂਠੀ ਅਮੀਰੀ ਵਾਲੇ, ਮੈਂ ਤੇਰੀ ਸੱਚੀ ਅਮੀਰੀ ਵੇਖੀ,
ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜੰਤ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਮੈਂ ਤੇ ਤੈਨੂੰ ਇਸ ਅਮੀਰੀ 'ਚ ਵੇਖਿਆ, ਜਿਨਕੇ ਪੱਲੇ ਧਨ ਵਸੇ ਤਿਨਕਾ ਨਾਉ ਫਕੀਰ, ਜਿਨਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀਰ। ਸਿੱਖਾ ਕੀ ਕਰ ਰਿਹਾ ਸੈਂ? ਆ ਸੁਣਿਓ, ਸਿੱਖ ਨੇ ਅੱਗੋਂ ਆਖਿਆ, ਸੇਠ ਜੀ ਜੇ ਤੁਹਾਨੂੰ ਪਤਾ ਹੀ ਲੱਗ ਗਿਆ, ਤੁਸੀਂ ਮੈਨੂੰ ਪੁੱਛਿਆ ਵੀ ਕੀ ਕਰਦਾ ਸੈਂ, ਤੇ ਮੈਂ ਤੁਹਾਨੂੰ ਦੱਸਦਾ ਵੀ ਮੈਂ ਹੂਟੇ ਲੈ ਰਿਹਾ ਸਾਂ, ਹੂਟੇ ਪੀਂਘ 'ਤੇ ਪੀਂਘ ਝੂਟ ਰਿਹਾ ਸਾਂ, ਕੋਈ ਪਤਾ ਵੀ ਲੱਗ ਰਿਹਾ, ਮਨ ਭੱਜਿਆ ਤਾਂ ਨਹੀਂ ਫਿਰਦਾ, ਤੁਹਾਨੂੰ ਕਹਿ ਰਿਹਾ ਭੱਜਿਆ ਫਿਰਦਾ, ਟਿਕ ਰਹੇ ਹੋ। ਮੈਂ ਕੀ ਕਰ ਰਿਹਾ ਸਾਂ? ਪੀਂਘ ਝੂਟ ਰਿਹਾ ਸਾਂ, ਹੂਟੇ ਲੈ ਰਿਹਾ ਸਾਂ। ਹੁਣ ਹਰ ਬੰਦੇ ਨੂੰ ਕੀ ਪਤਾ ਲੱਗੇ ਵੀ ਪੀਂਘ ਝੂਟਣ ਦਾ ਅਤੇ ਹੂਟੇ ਲੈਣ ਦਾ ਕੀ ਮਤਲਬ ਦੱਸਦਾ ਹੈ? ਉਹਦੀ ਸੁਰਤ ਵਾਹਿਗੁਰੂ, ਜੇ ਇਤਨਾ ਝੂਟੀ ਦੀ ਹੈ ਨਾ, ਵਾਹਿਗੁਰੂ ਵਾਹ, ਅੰਦਰ ਤਾਰਾਂ ਜੁੜੀਆਂ, ਅੰਦਰ ਤਾਰਾਂ ਜੁੜੀਆਂ। ਅਤੇ ਸੇਠ ਨੇ ਆਖਿਆ, ਤੇਰਾ ਸਾਰਾ ਹੀ ਕਰਜ਼ਾ ਮਾਫ਼। ਸੁਣੋ ਗੁਰੂ ਕੇ ਸਿੱਖੋ, ਤੇਰਾ ਸਾਰਾ ਹੀ ਕਰਜ਼ਾ, ਇੱਕ ਹੂਟਾ ਦਵਾ ਦੇ। ਕੀ ਆਖਿਆ? ਅਤੇ ਜੇ ਅੱਜ ਵਰਗਾ ਕੋਈ ਹੁੰਦਾ ਨਾ, ਜਿਹੜੇ ਅੱਜ ਤੁਰੇ ਫਿਰਦੇ ਹੂਟੇ ਦਵਾਉਣ ਵਾਲੇ, ਤੁਰੇ ਫਿਰਦੇ ਕਿ ਨਹੀਂ ਬੋਲੋ ਕਿ ਨਹੀਂ, ਜੇ ਚੇਤਾ ਪਿੰਡਾਂ ਪਿੰਡਾਂ ਵਿੱਚ ਬੂਟੇ ਦਵਾਉਣ ਵਾਲੇ ਤੁਰੇ ਫਿਰਦੇ, ਸਿੱਖ ਕਿੰਨਾ ਮਾਨਦਾਰ ਸੀ। ਸਿੱਖ ਨੇ ਅੱਗੋਂ ਹੱਥ ਜੋੜ ਕੇ ਆਖਿਆ, ਸੇਠ ਜੀ, ਇਹ ਬੂਟੇ ਦੇਣਾ ਅਤੇ ਦਵਾਉਣਾ ਸਿੱਖ ਦਾ ਧਰਮ ਨਹੀਂ, ਇਹ ਡਿਊਟੀ ਹੈ ਗੁਰੂ ਦੀ। ਬੋਲੋ ਕਿਹਦੀ? ਗੁਰੂ ਦਿੰਦਾ ਇਹ ਬੂਟੇ ਪੀਂਘ ਦੇ ਉੱਤੇ, ਗੁਰੂ ਚਲਾਉਂਦਾ ਇਹ ਰੁਕੇ ਹੋਏ ਨਾਮ ਨੂੰ, ਗੁਰੂ ਰੁਕੀ ਹੋਈ ਆਤਮਾ ਨੂੰ ਪਰਮ ਆਤਮਾ ਤੱਕ ਖੜਦਾ, ਇਹ ਡਿਊਟੀ ਗੁਰੂ ਦੀ ਆ। ਅਤੇ ਸੇਠ ਨੇ ਹੱਥ ਜੋੜ ਕੇ ਆਖਿਆ, ਗੁਰੂ ਕਿਹੜਾ? ਅਤੇ ਉਹਨੇ ਆਖਿਆ, ਬਾਬਾ ਅਮਰਦਾਸ ਗੋਂਦਵਾਲ ਸਾਹਿਬ ਰਹਿੰਦਾ ਹੀ, ਤੁਸੀਂ ਵੀ ਅਰਦਾਸ ਕਰਿਓ, ਬਾਬਾ ਅਮਰਦਾਸ ਜੀ ਸਾਡੀ ਵੀ ਪੀਂਘ ਰੁਕ ਗਈ। ਰੁਕ ਗਈ ਅਗਨੀ ਬੋਲਣਾ ਗੁਰੂ ਕੇ ਸਿੱਖੋ, ਜੇ ਰੁਕ ਗਈ ਆ ਤੇ ਸਾਡੇ ਸਿਰ ਤੇ ਵੀ ਹੱਥ ਰੱਖ ਕੇ ਚਲਾ ਦੇ, ਵਾਹਿਗੁਰੂ ਵਾਹਿ। ਲਈਏ ਬਾਬੇ ਨੂੰ ਜਿਹਦਾ ਪੁਰ ਮਨਾ ਰਹੇ ਹੋ, ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਅਰਜਨ ਹਰ ਗੋਬਿੰਦ ਨੂੰ, ਅਰਜਨ ਹਰ ਗੋਬਿੰਦ ਨੂੰ, ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ। ਐਸੇ ਕਿਰਪਾਲੂ ਸਤਿਗੁਰੂ ਗਰੀਬ ਨਵਾਜ ਦਾ ਆਪ ਜੀ ਆਗਮਨ ਪੁਰਬ ਮਨਾ ਰਹੇ ਹੋ, ਅਤੇ ਬਾਬਾ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦਾ ਵੀ ਲੱਡੂ ਵੰਡਣ ਦੀ ਜਗ੍ਹਾ 'ਤੇ ਆ ਪਕਾਨੇ ਲਾਏ, ਤੁਸੀਂ ਵੇਖੋ, ਆਖੋ ਵਾਹਿਗੁਰੂ, ਲਾਏ ਲਾਏ, ਬੋਲੋ ਨਾ, ਲਾਏ ਦੇ ਮਰਯਾਦਾ 'ਚ ਲਿਖੇ
ਬੋਲੋ ਨਾ, ਇਹ ਨਵਾਂ ਕੀ ਅਸੀਂ ਰੂਪ ਬਣਾਉਣ ਲੱਗ ਪਏ ਹਾਂ? ਨਹੀਂ ਪਤਾ, ਪਕਾਨੇ ਦੀਵਾਨਾਂ ਦੇ ਵਿੱਚ ਲਾਉਣੇ, ਕੀ ਨਵਾਂ ਇੱਕ ਟ੍ਰੈਂਡ ਸ਼ੁਰੂ ਹੋ ਗਿਆ? ਆਹ ਸਾਰੇ ਪਖਾਨੇ 'ਚ ਬੈਠੇ ਆ, ਇਹਨਾਂ ਦੇ ਹੁੰਦੇ ਨਵੇਂ ਪਖਾਨੇ। ਇੱਧਰ ਵੇਖੋ ਜੀ, ਪਤਾ ਲੱਗ ਰਿਹਾ ਮੈਂ ਕੀ ਕਹਿ ਰਿਹਾ? ਇਹ ਸਾਰੇ ਹਵਾ ਭਰੀ ਤੇ ਕੀ ਨੇ, ਪਖਾਨੇ ਹੀ ਨੇ। ਅਥੋ ਵੇ ਗੁਰੂ, ਕਿਹੜੇ ਚੱਕਰਾਂ 'ਚ ਪੈ ਗਏ ਹੋ ਗੁਰੂ ਕੇ ਸਿੱਖੋ? ਇੱਥੇ ਬਨੌਟੀ ਗੱਲਾਂ ਨਾ ਰੱਖੋ। ਇੱਥੇ ਸਭ ਤੋਂ ਵੱਡਾ ਸ਼ਿੰਗਾਰ ਮਹਿ ਮੰਡਨ ਹੈ। ਬੋਲੋ, ਮਹਿ ਮਨੇ ਧਰਤੀ, ਮੰਡਨ ਮਨੇ ਸ਼ਿੰਗਾਰ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਤਸ਼ਾਹ ਦਾ ਪ੍ਰਕਾਸ਼ ਹੈ, ਇਹਦੇ ਤੋਂ ਉੱਤੇ ਹੋਰ ਕੋਈ ਸ਼ਿੰਗਾਰ ਨਹੀਂ। ਐਸਾ ਨਾ ਹੋਵੇ ਵੀ ਪ੍ਰਕਾਸ਼ ਵੱਲ ਕੋਈ ਵੇਖੇ ਨਾ ਅਤੇ ਪਕਾਨਿਆਂ ਵੱਲ ਵੇਂਹਦਾ ਰਹੇ। ਨਹੀਂ ਪਤਾ, ਜਿਹਨੂੰ ਵੇਖਣ ਆਏ ਹੋ ਇਹਦੇ ਤੋਂ ਮਹਿ ਮੰਡਨ ਹੈ। ਮਹਿ ਮਨੇ ਧਰਤੀ, ਮੰਡਨ ਮਨੇ ਇਸ ਧਰਤੀ 'ਤੇ ਜੇ ਸਭ ਤੋਂ ਵੱਡਾ ਕੋਈ ਸ਼ਿੰਗਾਰ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਧਰਤੀ 'ਤੇ ਪ੍ਰਕਾਸ਼ ਏਡਾ ਵੱਡਾ ਕੋਈ ਸ਼ਿੰਗਾਰ ਨਹੀਂ। ਇਹਦੇ ਤੋਂ ਬਿਨਾਂ ਸਾਰੇ ਸ਼ਿੰਗਾਰ ਫਿੱਕੇ ਨੇ। ਆਖੋ ਵਾਹਿਗੁਰੂ, ਉੱਚੀ ਬੋਲਿਆ ਕਰੋ, ਤੇ ਇਹ ਪਤਾ ਲੱਗ ਰਿਹਾ ਇਹ ਤੋਂ ਬਿਨਾਂ ਸਾਰੇ ਸ਼ਿੰਗਾਰ ਫਿੱਕੇ ਨੇ। ਮਗਰ ਆਪਾਂ ਇਹ ਹੱਥ ਜੋੜੇ, ਆ ਪ੍ਰਬੰਧਕਾਂ ਮੇਰੇ ਵੀਰ ਚੰਗੇ ਗੁਰਸਿੱਖ ਬੋਲਣ ਡਿਆ ਸੀ, ਰਸਨਾ ਅਤੇ ਜ਼ੋਰ ਸੀ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਇੱਥੇ ਆ ਜਿੰਨੀਆਂ ਮੇਰੀਆਂ ਧੀਆਂ ਆਈਆਂ, ਜਿੰਨੇ ਵੀਰ ਆਏ ਨੇ, ਇਹਦੇ ਦਰਸ਼ਨ ਕਰਨ ਆਏ ਨੇ। ਤੁਹਾਡੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਮਨ ਚਾਓ ਪਿਆ। ਅੱਜ ਸਾਰੇ ਵਰਪਾਲ ਇਲਾਕੇ, ਸਾਰੇ ਲਾਗੇ ਚਾਗੇ ਦੇ ਪਿੰਡਾਂ ਦੇ, ਬਲਕਿ ਅੰਮ੍ਰਿਤਸਰ ਸਾਹਿਬ ਦੀ ਸੰਗਤ ਵੀ ਆਈ, ਦੂਰੋਂ ਨਿਉਣਿਓ ਗੁਰਸਿੱਖ ਆਏ। ਮਨ ਵਿੱਚ ਇੱਕ ਚਾਅ ਹੈ ਵੀ ਬਾਬਾ ਹਰ ਰਾਏ ਸਾਹਿਬ ਜੀ, ਗੁਰੂ ਹਰ ਰਾਏ ਸਾਹਿਬ ਜੀ, ਇੰਨੀ ਉੱਚੀ ਅਤੇ ਸੁੱਚੀ ਦ੍ਰਿਸ਼ਟੀ ਦੇ ਮਾਲਕ, ਜਿਹੜੇ ਸਰਦੀਆਂ ਵਿੱਚ ਵੀ ਅੰਬ ਪਕਾਉਣ ਵਾਲੇ ਸਾਹਿਬ, ਸਰਦੀ ਵਿੱਚ ਵੀ ਅੰਬ ਪਕਾ ਦੇਣ ਵਾਲੇ ਸਾਹਿਬ, ਜਿਹਦੇ 'ਤੇ ਦ੍ਰਿਸ਼ਟੀ ਪਵੇ ਉਹਦਾ ਕੈਂਸਰ ਠੀਕ ਕਰਨ ਵਾਲੇ ਸਾਹਿਬ, ਉਹਦਾ ਕੋਢ ਠੀਕ ਕਰਨ ਵਾਲੇ ਸਾਹਿਬ। ਨਹੀਂ ਤਾਂ ਆਓ 25 ਤਰੀਕ ਨੂੰ ਅੰਬ ਸਾਹਿਬ, ਮੇਰੀ ਕਥਾ ਇਹ ਦੱਸਦੀ, ਉੱਥੇ ਲੱਖਾਂ ਪ੍ਰਾਣੀ ਇਕੱਠੇ ਹੁੰਦੇ ਨੇ ਅਤੇ ਉੱਥੇ ਕਈ ਤੁਹਾਨੂੰ ਖਬਰ ਦੇਣਗੇ ਵੀ ਮੇਰਾ ਕੈਂਸਰ ਕਿਤਿਓਂ ਠੀਕ ਨਹੀਂ ਸੀ ਹੋਇਆ, ਜਿੱਦਣ ਤੋਂ ਅੰਬ ਸਾਹਿਬ ਆਣ ਕੇ ਝਾੜੂ ਮਾਰਿਆ ਹੈ, ਡਾਕਟਰ ਮੂੰਹ ਵਿੱਚ ਦੰਦਾਂ ਵਿੱਚ ਜੀਭ ਲੈ ਬੈਠੇ ਨੇ ਵੀ ਤੇਰਾ ਤਾਂ ਗਲਿਆ ਸਰੀਰ ਸੀ, ਇਲਾਜ ਹੀ ਕੋਈ ਨਹੀਂ ਸੀ, ਕਿੰਨੇ ਇਲਾਜ ਕਰਤਾ, ਅਤੇ ਉਹ ਹਿਰਦੇ 'ਚੋਂ ਉੱਠ ਕੇ ਕਹਿੰਦੀ ਮੇਰਾ ਗੁਰੂ ਹਰ ਰਾਏ ਸਾਹਿਬ ਨੇ ਕੈਂਸਰ ਠੀਕ। ਇਹ ਉਹ ਬਾਬਾ ਹੈ ਜਿਹਦਾ ਪੁਰਬ ਮਨ ਚਾਓ ਪਿਆ। ਬੋਲੋ ਕਿਹੜੀ ਗੱਲ ਦਾ? ਪ੍ਰਭ ਆਗਮ ਸੁਣਿਆ। ਬੋਲੋ ਹਾਂ, ਆਨੰਦ ਵਿੱਚ ਆਣ ਕੇ ਪ੍ਰਭ ਆਗਮ ਸੁਣਿਆ, ਪ੍ਰਭ ਪ੍ਰਭ ਆਗਮ ਸੁਣਿਆ, ਪ੍ਰਭ। ਮਨ ਵਿੱਚ ਚਾਹ ਚੜਿਆ ਹੈ ਵੀ ਮੇਰਾ ਵਾਹਿਗੁਰੂ ਪਰਮੇਸ਼ੁਰ ਸੱਤਵੇਂ ਸਰੂਪ 'ਚ ਅਕਾਲ ਪੁਰਖ ਜੀ ਪ੍ਰਗਟ ਹੋਏ, ਮਹਾਰਾਜ ਮੈਨੂੰ ਉਪਦੇਸ਼ ਦਿਓ, ਉਹਨਾਂ ਦੇ ਆਉਣ ਦੀ ਖੁਸ਼ੀ 'ਚ ਮੈਂ ਕਰਾਂ ਕੀ, ਧਿਆਨ ਦਿਓ, ਉਹਨਾਂ ਦੇ ਆਉਣ ਦੀ ਖੁਸ਼ੀ 'ਚ ਮੈਂ ਲੱਡੂ ਵੰਡਾਂ, ਪਕਾਨੇ ਲਾਵਾਂ, ਤਰ੍ਹਾਂ ਤਰ੍ਹਾਂ ਦੇ ਹੋਰ ਕੁਝ ਕਰਾਂ? ਕਹਿੰਦੇ ਨਹੀਂ,
ਹਰ ਮੰਗਲ ਗਾਓ ਸਖੀ। ਹੇ ਜੀਵ ਆਤਮਾ ਨੂੰ ਉਹਦੇ ਆਉਣ ਦੀ ਖੁਸ਼ੀ ਚ ਵਾਹਿਗੁਰੂ 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 ਜੁੜੋ ਨਾ ਗੋਡਿਆਂ ਤੇ ਹੱਥ ਰੱਖ ਕੇ, ਤੁਹਾਨੂੰ ਆਨੰਦ ਆ ਜਾਏ, ਮੇਰਾ ਆਉਣਾ ਸਫਲ ਹੋ ਗਿਆ। ਅੱਜ ਕੱਲ੍ਹ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਕੀਰਤਨੀਆਂ ਕੀਰਤਨ ਕਰਦਾ ਹੈ, ਦੋ ਵਾਰ ਮੇਰੇ ਸਾਹਿਬ ਨੂੰ ਯਾਦ ਕਰਕੇ ਕਹਿੰਦਾ, ਹਰ ਕਾ ਨਾਮ ਧਿਆਏ ਕੇ, ਬੋਲੋ ਨਾ ਜੀ, ਉਹ ਗਰੰਟੀ ਦੇ ਰਿਹਾ ਵੀ ਜੇ ਤੂੰ ਨਾਮ ਜਪੇਗਾ ਤਾਂ ਹਰਿਆ ਭਰਿਆ ਹੋ ਜਾਏਗਾ। ਕਰਮ ਲਖਨ ਤੇ ਪਾਈਏ, ਇਹ ਰੁੱਤ ਸਹਾਈ ਆ ਜਿਹੜੀ ਤੇਰੀ ਮਨੁੱਖਾ ਦੇਹ ਦੀ ਰੁੱਤ ਤੈਨੂੰ ਮਿਲੀ ਹੈ ਨਾ, ਇੰਨੇ 84 ਲੱਖ ਜੂਨੀ ਦੀ ਪੱਤ ਝੜ ਦੇ ਵਿੱਚੋਂ ਜਿਹੜੀ ਮਨੁੱਖਾ ਦੇਹ ਹੈ, ਇਹ ਸਮਝ ਲਓ ਬਸੰਤ ਦੀ ਰੁੱਤ ਆਈ। ਕਰਮ ਲਖਨ ਤੇ ਪਾਈਏ ਇਹ ਰੁੱਤ, ਵਣ ਤ੍ਰਿਣ ਤ੍ਰੈ ਭਵਨ ਮੌਲਿਆ ਅੰਮ੍ਰਿਤ ਫਲ ਮਿਲ ਸਾਧੂ ਲੱਥੀ ਸਭ। ਅੱਗੇ ਪੜ੍ਹੋ, ਨਾਨਕ ਸਿਮਰੈ ਏਕ ਨਾਮ ਫਿਰ ਗੌੜ ਨਾ ਧਾਈ। ਦੁਬਾਰਾ ਪੰਜੇ ਬੱਧੇ ਮਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਈਨ ਵਿੱਚ ਦਈ ਖੜੋਆ। ਉਹ ਨਾਮ ਜਪ ਕੇ ਵੇਖੋ ਦੁਨੀਆਂ ਦੇ ਲੋਕੋ, ਰੋਗ ਸੋਗ ਸਭ ਮਿਟ ਗਏ, ਨਿੱਤ ਨਵਾਂ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਏ ਨਾ ਮੋਆ। ਜਿਸ ਤੇ ਉਪਜਿਆ ਨਾਨਕਾ ਜਿਹਦੇ ਚੋਂ ਪੈਦਾ ਹੋਏ ਸਨ। ਤੁਸੀਂ ਵੇਖਿਆ ਸਰੋਂ ਜਦੋਂ ਬੀਜੀ ਦੀ ਤੇ ਸਰੋਂ ਦਾ ਦਾਣਾ ਬੀਜੀ ਦਾ, ਧਿਆਨ ਦਿਓ, ਸਰੋਂ ਦਾ ਦਾਣਾ ਬੋਲੋ। ਤੁਸੀਂ ਤਾਂ ਜ਼ਿਮੀਦਾਰ ਹੋ, ਜਦੋਂ ਮੈਂ ਹੈਦਰਾਬਾਦ ਦਿੱਲੀ ਕਰਦਾ ਨਾ ਤੇ ਅੱਧੇ ਲੋਕਾਂ ਨੂੰ ਇਹ ਪਤਾ ਨਹੀਂ ਸਰੋਂ ਕੀ ਹੁੰਦੀ, ਸਾਗ ਖਾਂਦੇ ਨੇ, ਸਰੋਂ ਦਾ ਨਹੀਂ ਪਤਾ। ਤੁਹਾਨੂੰ ਤਾਂ ਪਤਾ ਹੈ, ਜ਼ਿਮੀਦਾਰ ਹੋ, ਸਰੋਂ ਦਾ ਦਾਣਾ ਬੀਜੀਏ ਅਤੇ ਜੇ ਕਿਤੇ ਉਹਨੂੰ ਤੂਫਾਨ ਨਾ ਆਵੇ, ਡੰਗਰ ਨਾ ਖਾ ਜਾਣ, ਤਾਂ ਸਿਰੇ 'ਤੇ ਜਾ ਕੇ ਕੀ ਨਿਕਲਦੀ ਬੋਲੋ। ਜੇ ਕਿਤੇ ਤੁਹਾਡੀ ਅਤੇ ਮੇਰੀ ਜ਼ਿੰਦਗੀ ਵਿੱਚ ਵੀ ਵਿਕਾਰਾਂ ਦਾ ਤੂਫਾਨ ਨਾ ਆਇਆ, ਸਾਨੂੰ ਕਾਮ ਕਰੋ ਲੋਧ ਦੇ ਪਸ਼ੂਆਂ ਨੇ ਨਾ ਖਾਧਾ, ਤੇ ਸੱਚੀ ਮੁੱਚੀ ਰੱਬ ਚੋਂ ਹੀ ਪੈਦਾ ਹੋਏ ਸੋ। ਜਿਸ ਤੇ ਉਪਜਿਆ ਨਾਨਕਾ ਫਿਰ ਉੱਥੇ ਹੀ ਚੱਲੋਗੇ। ਵਾਹਿਗੁਰੂ 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 ਜਪੋ 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 ਸਖੀ ਗਰੇ।
ਗ੍ਰਹਿ ਗ੍ਰਹਿ ਨਾ ਪੜਿਆ ਕਰੋ, ਗ੍ਰਹਿ ਅੱਗੇ ਨੂੰ ਸਿਹਾਰੀ ਪੈਰ ਵਿੱਚ ਰਾਰਾ ਤੇ ਹਾਹਾ ਗ੍ਰਹਿ, ਬਹੁਤੇ ਕੀ ਪੜ੍ਹਦੇ ਆ ਗ੍ਰਹਿ, ਗ੍ਰਹਿ ਨਹੀਂ ਗ੍ਰਹਿ, ਗ੍ਰਹਿ ਬਣੇ ਘਰ, ਇਹ ਸਰੀਰ ਰੂਪੀ ਘਰ ਵਿੱਚ ਮੰਦਰ ਬਣਿਆ ਹੈ, ਇਹਦੇ ਵਿੱਚ ਬਹਿ ਕੇ ਲੱਡੂ ਵੰਡਣ ਦੀ ਜਗ੍ਹਾ 'ਤੇ, ਆਹ ਦੁਨਿਆਵੀ ਸ਼ਿੰਗਾਰ ਕਰਨ ਦੀ ਜਗ੍ਹਾ 'ਤੇ, ਹੇ ਜੀਵ ਆਤਮਾ ਉਸ ਮਾਲਕ ਦੇ ਆਉਣ ਦੀ ਖੁਸ਼ੀ 'ਚ ਮੰਗਲ ਗਾਇਆ ਕਰ, ਹਰ ਗਾਓ ਮੰਗਲ ਨਿੱਤ ਸਖੀਏ, ਆਹ ਗਰੰਟੀ ਦਾਉਣ, ਆਹ ਧਾਗਿਆਂ ਵਾਲਿਆਂ ਵੱਲ ਭੱਜੀ ਫਿਰਦੀ ਹੈ ਨਾ, ਕਬਰਾਂ ਵੱਲ ਭੱਜੀ ਫਿਰਦੀ ਹੈ ਨਾ, ਅੱਖ ਵਾਹਿਗੁਰੂ ਦੇਹਧਾਰੀ ਬਾਬਿਆਂ ਦੇ ਪਿੱਛੇ ਭੱਜੀ ਫਿਰਦੀ ਹੈ ਨਾ, ਆਹ ਮੈਂ ਤੈਨੂੰ ਗਰੰਟੀ ਦੇਣਾ, ਹਰ ਗਾਓ ਮੰਗਲ ਨਿੱਤ ਸਖੀਏ, ਸੋਗ ਦੁੱਖ ਧਿਓ ਬੋਲੋ, ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਹਰ ਨਾਮ ਹਰ ਰਸ, ਵਾਹਿਗੁਰੂ 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 ਸਤਨਾਮ ਸ੍ਰੀ, ਹਰ ਨਾਮ ਹਰ ਰਸ ਕੀ ਮਿਲੂਗਾ, ਕਹੋ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ, ਉਹ ਕਰਨ ਕਾਰਨ ਯੋਗ ਵਾਹਿਗੁਰੂ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਊਗੀ, ਜੇ ਰੋਜ਼ ਵਾਹਿਗੁਰੂ ਦਾ ਨਾਮ ਜਪੇਗਾ ਪ੍ਰਾਪਤੀ ਹੋ ਜੂਗੀ, ਇਹ ਗੱਲ ਨੋਟ ਕਰ ਲਓ, ਇੱਕ ਵਾਰ ਬੋਲੋ ਕੀ ਹੋਜੂ, ਪ੍ਰਾਪਤੀ ਹੋ ਜੂਗੀ, ਕਿਹਨੂੰ ਕਾਹਦੀ ਪ੍ਰਾਪਤੀ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਕੀ ਮਿਲਣ ਨੂੰ, ਗੋਬਿੰਦ ਮਿਲਣ ਕੀ, ਗੋਬਿੰਦ ਦੀ ਪ੍ਰਾਪਤੀ ਹੋ ਜੂ, ਅਤੇ ਬਾਬਾ ਹਰ ਰਾਏ ਸਾਹਿਬ ਮਹਾਰਾਜ ਵਾਤਾਵਰਨ ਦੇ ਬਹੁਤ ਪ੍ਰੇਮੀ ਹੋਏ ਨੇ, ਆਖੋ ਵਾਹਿਗੁਰੂ ਪਾਣੀ ਦੀ ਸੰਭਾਲ ਮੇਰੀ ਉਹ ਧੀਓ ਤੁਸੀਂ ਵੀ ਕਰੋ, ਮੇਰੇ ਵੀਰੋ ਤੁਸੀਂ ਵੀ ਕਰੋ, ਵਾਤਾਵਰਨ ਨੂੰ ਸ਼ੁੱਧ ਰੱਖੋ, ਆਪਣੇ ਆਪ ਨੂੰ ਸ਼ੁੱਧ ਰੱਖੋ, ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ, ਆਪੋ ਆਪਣੇ ਜ਼ਮੀਨਾਂ ਦੇ ਵਿੱਚੋਂ ਬੜੇ ਬੜੇ ਵੱਡੇ ਬੋੜ ਤੁਸੀਂ ਵੱਢ ਦਿੱਤੇ, ਵੱਡੇ ਕਿ ਨਹੀਂ ਬੋਲੋ ਨਾ ਜੀ ਗੁਰੂ, ਕਿਸੇ ਬੜੇ ਬੜੇ ਤਗੜੇ ਪਿੱਪਲ ਤੁਸੀਂ ਨਾ, ਦਰਖਤ ਮਨੁੱਖਤਾ ਦਾ ਸਭ ਤੋਂ ਸੱਚਾ ਮਿੱਤਰ ਹੈ, ਦਰਖਤ ਨਾ ਵੱਢੋ, ਦਰਖਤ ਲਾਓ, ਪਾਣੀ ਦੀ ਸੰਭਾਲ ਕਰੋ, ਗੁਰੂ ਹਰ ਰਾਏ ਸਾਹਿਬ ਮਹਾਰਾਜ ਦਾ ਐਸਾ ਉਪਦੇਸ਼ ਹੈ ਵੀ ਵਾਤਾਵਰਨ ਨਾਲ ਪ੍ਰੇਮ ਕਰੋ, ਦਰਖਤਾਂ ਦੀ ਜ਼ਿਆਦਾ ਤੋਂ ਜ਼ਿਆਦਾ ਪੈਦਾਇਸ਼ ਕਰੋ ਤਾਂ ਕਿ ਸਾਨੂੰ ਆਕਸੀਜਨ ਮਿਲ ਸਕੇ। ਆਹ ਤੁਹਾਡੇ ਕੋਲ ਖਡੂਰ ਸਾਹਿਬ ਇੱਕ ਬਾਬੇ ਮਹਾਂਪੁਰਸ਼ ਨੇ, ਬਾਬਾ ਸੇਵਾ ਸਿੰਘ ਸਾਹਿਬ, ਸੁਣਿਆ ਨਾ ਬੋਲੋ ਨਾ, ਉਹਨਾਂ ਨੇ ਸੜਕਾਂ 'ਤੇ ਕੀ ਲਾਏ, ਕਿਉਂ ਲਾਏ, ਵੀ ਮਨੁੱਖਤਾ ਬਚੀ ਰਹੇ, ਬਹੁਤ ਦਰਖਤਾਂ ਦਾ ਆਪਾਂ ਕਤਲੇਆਮ ਕੀਤਾ ਹੈ, ਸਾਡੇ ਹੁਣ ਦਰਖਤ ਪੈਲੀਆਂ ਦੇ ਵਿੱਚ ਦੂਰ ਦੂਰ ਤੱਕ ਵੱਡੇ ਬੋਹੜ ਨਹੀਂ ਮਿਲਦੇ, ਸਾਡੇ ਦਾਦਿਆਂ ਪੜਦਾਦਿਆਂ ਦੀ ਉਮਰ ਦੇ ਹੱਥ ਜੋੜ ਕੇ ਬੇਨਤੀ ਹੈ, ਗੁਰੂ ਹਰ ਰਾਏ ਸਾਹਿਬ ਮਹਾਰਾਜ ਦੇ ਪੁਰਬ ਦੀਆਂ ਤੁਹਾਨੂੰ ਜਿੱਥੇ ਲੱਖ ਲੱਖ ਵਧਾਈਆਂ, ਜਿੰਨੀ ਸੁਣ ਮੰਨਿਆ ਹਰ ਨਾਉ, ਜੋ ਸੁਣਿਆ ਜੇ ਉਹਨੂੰ ਮੰਨੋ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਵਿਸਾਖੀ ਦੇ ਉੱਤੇ ਅੰਮ੍ਰਿਤ ਦਾ ਬਾਟਾ ਬਹੁਤ ਵੱਡੇ ਪੱਧਰ ਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਤਿਆਰ ਹੋ ਰਿਹਾ ਹੈ, ਜਿਨ੍ਹਾਂ ਜਿਨ੍ਹਾਂ ਨੇ ਛਕਣਾ ਹੋਵੇ ਗੁਰੂ ਕੇ ਸਿੱਖਾਂ ਨੂੰ, ਉਹ ਗੁਰੂ ਕੇ ਸਿੱਖਾਂ ਨੇ ਇਹਨਾਂ ਪ੍ਰਬੰਧਕਾਂ ਨਾਲ ਲਿੰਕ ਬਣਾ ਲਿਓ, ਉੱਥੇ ਆਉਣ ਜਾਣ ਦਾ ਪ੍ਰਬੰਧ ਵੀ ਹੋ ਜੂ, ਕਤਾਰ ਵੀ ਫਰੀ ਨੇ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਵਿਸਾਖੀ ਦੇ ਉੱਤੇ ਸਤਿਗੁਰੂ ਦਾ ਅੰਮ੍ਰਿਤ ਬਾਟਾ ਤਿਆਰ ਹੋਣਾ ਹੈ ਜੀ, ਸਾਰਿਆਂ ਦਾ ਸਤਿਗੁਰੂ ਭਲਾ ਕਰੇ, ਮੇਰੀਆਂ ਧੀਆਂ ਨੂੰ, ਵੀਰਾਂ ਨੂੰ, ਗੁਰਸਿੱਖਾਂ ਨੂੰ ਨਿਤਨੇਮ ਦੀ ਦਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਬਖਸ਼ਣ, ਹਰਿਮੰਦਰ ਸਾਹਿਬ ਜਾਇਆ ਕਰੋ, ਤਰਨ ਤਾਰਨ ਸਾਹਿਬ ਜਾਇਆ ਕਰੋ, ਆਖੋ ਵਾਹਿਗੁਰੂ, ਰੱਜ ਕੇ ਬੋਲੋ, ਕਿਹੜੇ ਦੋ ਨਾਲ ਨਾਲ ਨੇ,
ਹਰਿਮੰਦਰ ਸਾਹਿਬ ਅਤੇ ਸ੍ਰੀ ਤਰਨ ਤਾਰਨ ਸਾਹਿਬ ਇੱਧਰ ਉੱਧਰ ਡੇਰਿਆਂ 'ਤੇ ਨਾ ਭਟਕਿਆ ਕਰੋ, ਕਿਸੇ ਬਾਬਿਆਂ ਦੇ ਪਿੱਛੇ ਨਾ ਭੱਜੋ, ਕਬਰਾਂ ਦੇ ਉੱਤੇ ਨਾ ਜਾਓ, ਦੀਵੇ ਨਾ ਜਗਾਓ, ਮੇਰੇ ਗੁਰੂ ਦਾ ਹੁਕਮ ਆ। ਇੱਕ ਜੇ ਤੁਸੀਂ ਕਹੋ ਤਾਂ ਮੈਂ ਵਰਪਾਲ ਦੀ ਸੰਗਤ ਦੇ ਨਾਲ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਨਾਲ ਫੋਟੋ ਲਵਾ ਲਾਂ, ਬੋਲੋ। ਮਗਰ ਉਹ ਤੁਸੀਂ ਮੈਨੂੰ ਪਰਣ ਦੇਣਾ ਇੱਕ ਤਾਂ ਫੋਟੋ ਲੱਥਣੀ, ਵੀ ਅੱਜ ਤੋਂ ਬਾਅਦ ਅਸੀਂ ਕੋਈ ਧਾਗਾ ਨਹੀਂ ਲਾਂਗੇ। ਬੀਬੀ ਇੱਧਰ ਵੇਖੋ, ਧਾਗਾ ਨਹੀਂ ਲਾਂਗੇ, ਤਵੀਤ ਨਹੀਂ ਲਾਂਗੇ ਕਿਸੇ ਕੋਲੋਂ, ਅਤੇ ਕਿਸੇ ਕਬਰ 'ਤੇ ਮੱਥਾ ਨਹੀਂ ਟੇਕਾਂਗੇ। ਦਿੰਦੇ ਹੋ ਵਚਨ? ਮਾਈਆਂ ਬੜੀਆਂ ਢਿੱਲੀਆਂ ਨੇ, ਕੋਈ ਬਣੀ ਤਾਂ ਨਹੀਂ ਕਬਰ ਇੱਥੇ ਪਿੰਡ ਵਿੱਚ? ਕੋਈ ਕਬਰ ਬਣੀ? ਬਿਲਕੁਲ ਕਿਸੇ ਕਬਰ 'ਤੇ ਨਹੀਂ ਜਾਣਾ। ਹੱਥ ਖੜੇ ਕਰੋ ਗੁਰੂ ਦੇ ਸਾਹਮਣੇ, ਇੱਕ ਪਰਣ ਕਰੀਏ ਵੀ ਮਹਾਰਾਜ ਸਾਡੇ ਸਿਰ 'ਤੇ ਦੁਮਾਲੇ ਨੇ, ਅਸੀਂ ਕਿਸੇ ਕਬਰ 'ਤੇ ਮੱਥਾ ਨਹੀਂ ਟੇਕਾਂਗੇ। ਬੋਲੇ ਸੋ ਸ੍ਰੀ ਨਵੀਂ ਟੈਕਨੋਲੋਜੀ ਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਦਿਓ ਅਤੇ ਫੋਟੋ ਆ ਗਈ ਜੀ ਉੱਥੇ। ਜੇ ਕਿਤੇ ਅੱਜ ਫੋਟੋ ਲਵਾਉਣ ਤੋਂ ਬਾਅਦ ਵੀ ਕਿਸੇ ਕਬਰ 'ਤੇ ਖਲੋਤੇ ਵੇਖ ਲਿਆ ਨਾ ਬਾਬੇ ਨੇ, ਅਤੇ ਉੱਥੇ ਗਿਆ ਨੂੰ ਪੁੱਛਣਾ ਜੇ ਅੱਜ ਤੋਂ ਇੱਕੋ ਹੀ ਜਗ੍ਹਾ 'ਤੇ ਖਲੋਇਓ, ਨਮਸਕਾਰ ਤਿਸੀ ਕੋ ਹਮਾਰੀ,